ਓ ਸਾਡੀ ਫਰਮਾਨੀ ਲੰਬੜਾ ਲੈਣਾ ਮੇਰੇ ਤੇ ਭੂਤ ਦੋ ਬਸਵਾਰਾ ਬਸ ਲੰਬੜਾ ਦਾ ਲਾਣਾ ਲੰਬੜਾ ਲਾਣਾ ਲੋਕੀ ਸਵੇਸ਼ ਕਰਕੇ ਬਸ ਕਹੇ ਇਜਾਜ਼ਤ ਦਿੰਦੀ ਆ ਅੰਦਰ ਲਈ ਸੁਣਾ ਤੇ ਕਰ ਬੋਲਣਾ ਨਹੀਂ ਔਰ ਮੈਨੂੰ ਭੁਲਾਈ ਜਾਂਦੇ ਕਹਿੰਦੇ ਵੀ ਤੁਹਾਨੂੰ ਤਾਂ ਸਿਰਫ ਸੀਨ ਦੱਸਿਆ ਜਾਂਦਾ ਕਿ ਭਾਈ ਇਹ ਕਰਨਾ ਹੈ ਇਹ ਚਾਹੀਦਾ ਹੈ ਉਸ ਤੋਂ ਬਾਅਦ ਅਸੀਂ ਕਹਿੰਦੇ ਅਪ ਟੂ ਯੂ ਕੋਈ ਆ ਗਿਆ ਸੰਗਾ ਦੇ ਸ਼ਾ ਗਿਆ ਸੰਗਾ ਆ ਲੰਬੜਾ ਦਾ ਲਾਣਾ ਆਪਾਂ ਸਾਰਿਆਂ ਦੇਖਣ ਜਾਣਾ ਲੰਬੜਾ ਦਾ ਲਾਲਾ ਨਾ ਤੁਹਾਡੇ ਕੋਲ ਨੂੰ ਜਾਨਣਾ ਚਾਹਾਂਗੀ ਇੱਕ ਪੁੱਤ ਦੇ ਵੰਡੇ ਤੁਹਾਨੂੰ ਇੰਨੇ ਪੁੱਤ ਮਿਲਦੇ ਨੇ ਉਹਨਾਂ ਦਾ ਉਹਨਾਂ ਦਾ ਅਹਿਸਾਸ ਹੁੰਦਾ ਇੱਕ ਸਤਕਾਰ ਹੁੰਦਾ ਮਤਲਬ ਕਲਾਕਾਰ ਦੇ ਤੌਰ ਤੇ ਹੀ ਤੁਸੀਂ ਇੰਨੇ ਰਿਸ਼ਤੇ ਜਿਉ ਲੈਂਦੇ ਹੋ ਮੈਮ ਮੈਂ ਉਹਨਾਂ ਰਿਸ਼ਤਿਆਂ ਦੇ ਬਾਰੇ ਜ਼ਰੂਰ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਬਟਾ ਮੈਨੂੰ ਨਾ ਲੱਗਦਾ ਕਿ ਮੈਂ ਬless ਦਿਆਂ ਤੁਸੀਂ ਕਦੀ ਵੀ ਮੇਰਾ insta ਦਾ account ਮੇਰਾ facebook ਦੇਖੋ ਨਾ 70% ਜਿਹੜੇ ਕੋ ਮੈਨੂੰ ਕਮੈਂਟ ਆਉਂਦੇ ਨੇ ਨਾ ਉਹੀ ਹੁੰਦੇ ਕਿ ਤੁਹਾਡੇ ਵਾਲਾ ਸੀ ਦੇਖਦੇ ਤੇ ਤੁਸੀਂ ਸਾਨੂੰ ਆਪਣੀ ਮਾਂ ਵਰਗੇ ਲੱਗਦੇ ਹੋ ਮੇਰੀ ਮਾਂ ਨਹੀਂ ਹੈਗੀ ਮੈਂ ਤੁਹਾਡੇ ਚੋਂ ਆਪਣੀ ਮਾਂ ਵੇਖਦਾ ਤੁਸੀਂ ਮੇਰੇ ਭੂਆ ਜੀ ਵਰਗੇ ਹੋ ਤੁਸੀਂ ਬਿਲਕੁਲ ਮੇਰੇ ਮਾਸੀ ਜੀ ਵਰਗੇ ਹੋ ਤੁਸੀਂ ਆਪਣੇ ਘਰ ਦੇ ਵਿੱਚ ਤੁਹਾਡਾ ਇਹੀ ਨਾਮ ਲੈਨੇ ਮਾਸੀ ਜੀ ਆ ਗਏ ਭੂਆ ਜੀ ਆ ਗਏ ਸੋ ਮੈਨੂੰ ਲੱਗਦਾ ਕਿ ਇਸ ਤੋਂ ਵੱਧ ਕੀ ਦੇ ਸਕਦਾ ਪਰਮਾਤਮਾ ਬਿਲਕੁਲ ਹੈ ਨਾ ਮੇਰੀ ਝੋਲੀ ਇੰਨੇ ਰਿਸ਼ਤਿਆਂ ਦੇ ਨਾਲ ਭਰੀ ਹੈ ਬਹੁਤ ਜ਼ਿਆਦਾ ਸ਼ਰਮ ਮਹਿਸੂਸ ਕਰਦੇ ਆ ਪਹਿਲੇ ਜੰਗਲ ਪਾਣੀ ਕਹਿੰਦੇ ਸੀਗੇ ਤੇ ਜੇ ਕੋਈ ਚੀਜ਼ ਲੈ ਕੇ ਲੈ ਆਉਣੀ ਵੇੜਾ ਕਹਿੰਦੇ ਸੀਗੇ ਜਾਂ ਉਤੋਂ ਮਿਲ ਖੁਰਾ ਕਹਿੰਦੇ ਹੁੰਦੇ ਸੀ ਜਿਹੜਾ ਮੈਂ ਤਾਂ ਮਿਸ ਕਰਦਿਆਂ ਮੈਂ ਤਾਂ ਕਹਿੰਨਾ ਜਿੰਨੀ ਤਰੱਕੀ ਹੋਈ ਹੈ ਨਾ ਬਾਬਾ ਨਾਮਕਾਂ ਨੂੰ ਬੰਦ ਕਰਦੇ ਆ ਆ ਗਿਆ ਡੱਬੀਆਂ ਜਿਹੇ ਮਾਲਕਾਂ ਵਿੱਚ ਮਾਰਾ ਹੋ ਗਿਆ ਹੈ ਨਾ ਇਹਨਾਂ ਨੇ ਪਰਿਵਾਰ ਸਾਡੇ ਦੂਰ ਕਰਤੇ ਆ ਇਹ ਚੀਜ਼ ਬੜੀ ਵਧੀਆ ਲੱਗਦੀ ਜੰਗ ਜਨਰੇਸ਼ਨ ਦੀ ਕਿ ਉਹਨਾਂ ਹੁਣ ਸਾਡੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹਨਾਂ ਨੂੰ ਅਡਾਪਟ ਕਰ ਰਹੇ ਆ ਜੀ ਉਹਨਾਂ ਨੂੰ ਸਿੱਖ ਰਹੇ ਆਪਣੀ ਬਹੁਤ ਸਾਰੀ ਭਾਸ਼ਾ ਦਾ ਬੜੇ ਅੱਖਰ ਨੇ ਜਿਹੜੇ ਉਹਨਾਂ ਨੇ ਉਹ ਬੋਲਣੇ ਸ਼ੁਰੂ ਕਰਤੇ ਵਰਤਣੇ ਸ਼ੁਰੂ ਕਰਤੇ ਤੇ ਲੰਬੜ ਲਾਣਾ ਇਹ ਚੀਜ਼ਾਂ ਹੋਰ ਵੀ ਬੜਾ ਕੁਝ ਐਸ ਫਿਲਮ ਦੇ ਵਿੱਚ ਜਿਹੜਾ ਉਹਨਾਂ ਨੂੰ ਅਟਰੈਕਟ ਕਰੇਗਾ ਉਹ ਜ਼ਰੂਰ ਪੁੱਛਣਗੇ ਦੇ ਅਰਥ ਕੀ ਨੇ ਇਹਦਾ ਮਤਲਬ ਕੀ ਹੈਗਾ ਔਰ ਉਹਨਾਂ ਦੀ ਭਾਸ਼ਾ 'ਚ ਇਹ ਅੱਖਰ ਸ਼ਾਮਲ ਹੋਣਗੇ ਸੋ ਮੈਨੂੰ ਲੱਗਦਾ ਹੈ ਕਿ ਇੱਕ ਸਿਨੇਮੇ ਦੀ ਇਹ ਵੀ ਬਹੁਤ ਵੱਡੀ ਦੇਣ ਆ ਅੱਜ ਕੱਲ ਦੇ ਸਮੇਂ ਦੇ ਵਿੱਚ ਜੇਕਰ ਅਸੀਂ ਆਪਣੇ ਮੁਕਾਮ ਤੇ ਖੜੇ ਹੋਏ ਆਂ ਬਰਕਰਾਰ ਆਂ ਕੰਮ ਕਰ ਰਹੇ ਆਂ ਤੇ ਹਮਸਫਰ ਦਾ ਬਹੁਤ ਵੱਡਾ ਯੋਗਦਾਨ ਹੈ ਮੈਂ ਤਾਂ ਇਹ ਦੱਸਿਆ ਵੀ ਇੰਟਰਵਿਊ ਚੱਲ ਰਹੀ ਹੈ ਭੋਗਿਆ ਮੈਂ ਤੇਰਾ ਫੋਨ ਚੈੱਕ ਨਹੀਂ ਕਰਦਾ ਆ ਦਿਨ ਤੇ ਮੈਨੂੰ ਮਾਫ ਕਰੀ ਮੈਂ ਵਾਪਸ ਘਰ ਆਉਣਾ ਰੋਟੀ ਬਣਾ ਕੇ ਹਮਸਫਰ ਨੂੰ ਲੈ ਕੇ ਅਹਿਸਾਸ ਕੀ ਰੱਖਦੇ ਹੁਨਾ ਮੈਨੂੰ ਲੱਗਦਾ ਕਿ ਜੇ ਹਰਦੀਪ ਮੇਰੀ ਜ਼ਿੰਦਗੀ 'ਚ ਨਾ ਆਉਂਦੇ ਤੇ ਮੈਂ ਸ਼ਾਇਦ ਐਕਟਰਸ ਨਾ ਹੁੰਦੀ ਨਸੀਬੋ لال ਮੈਮ ਦਾ ਗਾਣਾ ਹੈ ਤੁਹਾਡੀ ਇਸ ਫਿਲਮ ਦੇ ਵਿੱਚ ਉਹਨੂੰ ਲੱਗਦਾ ਪੰਜਾਬੀ ਸਿਨੇਮਾ ਦੇ ਵਿੱਚ ਸਾਡੇ ਵਾਲੀਆਂ ਫਿਲਮਾਂ ਚ ਸਭ ਪਹਿਲੀ ਵਾਰ ਹੀ ਆ ਗਾਣਾ ਜਿਹੜਾ ਤੇ ਅਸੀਂ ਹੋਰ ਜਿਆਦਾ ਅਮੀਰ ਮਹਿਸੂਸ ਕਰ ਰਹੇ ਹਾਂ ਇਹ ਬਹੁਤ ਸ਼ੁਕਰੀਆ ਨਸੀਬੋ ਜੀ ਦਾ ਢੂੰਗੀ ਬਾਬੇ ਜਿਹੜੇ ਐਕਚੁਅਲ ਦੇ ਵਿੱਚ ਇੱਕ ਪ੍ਰੋਫੈਸ਼ਨਲਿਜ਼ਮ ਹੀ ਬਣਾ ਚੁੱਕਿਆ ਉਹਨਾਂ ਕਰਕੇ ਸਾਡੇ ਲੋਕਾਂ ਦਾ ਵੀ ਕਿਤੇ ਨਾ ਕਿਤੇ ਸੈਂਟੀਮੈਂਟ ਹਰਟ ਹੁੰਦਾ ਤੁਹਾਨੂੰ ਨਹੀਂ ਟੱਕਰੇ ਕਦੀ ਇਦਾਂ ਦੇ ਜਲੰਦਰ ਤੇ ਬਹੁਤ ਹੁੰਦੇ ਨੇ ਲੈ ਜਿਹੜੀ ਟੱਕਰ ਦੇ ਇਹੀ ਗੱਲ ਕਰ ਰਹੀ ਹੈ ਨਾ ਅਰਦਾਈਏ ਬੱਚਾ ਮੈਂ ਮੰਨਾਂਗਾ ਬਾਬਿਆਂ ਨੂੰ ਮੈਂ ਉਹਦੀ ਪਹੁੰਚੀ ਕਿਹਾ ਮੈਂ ਕੀ ਗੱਲ ਤੇਰਾ ਦਿਮਾਗ ਦਾ ਨਾ ਹੋ ਗਿਆ ਪਾਗਲ ਖਾਨੇ ਆ ਗਏ ਕਹਿੰਦਾ ਕੀ ਗੱਲ ਹੋ ਗਈ ਮੈਂ ਕਿਹਾ ਸਟਾਫ ਮੈਂਬਰ ਤੇ ਘਰੇ ਆ ਗਿਆ ਕਿ ਮੈਂ ਕੀ ਗੱਲ ਤੁਸੀਂ ਅੱਜ ਗਏ ਨਹੀਂ ਮੈਂ ਕਿਹਾ ਸਾਡਾ ਡੋਲੂ ਲੀਕ ਕਰਦਾ ਉਹ ਮੇਰੇ ਵੱਡੇ ਭਾਜੀ ਵੀ ਆ ਮੇਰੇ ਗੋਡਫਾਦਰ ਵੀ ਆ ਮੇਰਾ ਪਿਓ ਵੀ ਆ ਹੈਨਾ ਗੁਰੂਜੀ ਵੀ ਆ ਹੈਨਾ ਤੇ ਉਹਨਾਂ ਨੇ ਬੜਾ ਕੁਝ ਜਦ ਮੈਂ ਕਿਸੇ ਬੈਠਾ ਨਾ ਕਿਸੇ ਥਾਂ ਤੇ ਤੇ ਉਹਨਾਂ ਦੀ ਬਦੌਲਤ ਜਦੋਂ ਇਹੋ ਜਿਹੇ ਟਿਪੀਕਲ ਸੱਸਾਂ ਵਾਲੇ ਕਿਰਦਾਰ ਕਰਦੇ ਹੋ ਮੈਮ ਔਰ ਖੁਦ ਕਰਕੇ ਕੀ ਮਹਿਸੂਸ ਕਰਦੇ ਹੂੰ ਇਹ ਹੱਡ ਬੀਤੀ ਹੈ ਕਿਤੇ ਦੂਰ ਦੂਰ ਤੱਕ ਜਿਹੜਾ ਡਾਇਲੌਗ ਬੜਾ ਵਾਇਰਲ ਹੋਇਆ ਹਿਹੀ ਵਾਲਾ ਸੋ ਮਤਲਬ ਉਹ ਕਿਸੇ ਥੀਏਟਰ ਦੇ ਨਾਟਕ ਦੇ ਵਿੱਚ ਮੈਂ ਉਹ ਕੀਤਾ ਸੀ ਔਰ ਕੋਈ ਉਹਦੀ ਸਪੈਸ਼ਲ ਤਿਆਰੀ ਨਹੀਂ ਜਿਵੇਂ ਕਿ ਮੈਂ ਦੱਸਿਆ ਨਾ ਕਿ ਬੜਾ ਨੈਚੁਰਲ ਮਾਹੌਲ ਸੀ ਜਦੋਂ ਮੈਂ ਉਹ ਡਾਇਲੌਗ ਬੋਲਿਆ ਮੈਨੂੰ ਐਣ ਬੋਲਣ ਤੋਂ 2 ਸੈਕਿੰਡ ਪਹਿਲਾਂ ਮੈਨੂੰ ਸੀ ਪਤਾ ਕਿ ਮੈਂ ਕੀ ਵਿੱਚ ਐਡ ਕਰਨਾ ਹੈ ਉਹ ਫਲੋ ਦੇ ਵਿੱਚ ਜਦੋਂ ਮੈਂ ਬੋਲਿਆ ਉਹ ਆਪਣੇ ਆਪ ਹੀ ਹਿ 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 ਮੇਰੇ ਮੂੰਹੋਂ ਨਿਕਲ ਗਿਆ ਲੰਬੜਾ ਦਾ ਲਾਣਾ ਏ 26 ਜਨਵਰੀ ਨੂੰ ਤੁਸੀਂ ਸਿਨੇਮੇ ਘਰਾਂ ਚ ਜਾਣਾ ਏ ਆ ਲੰਬੜਾ ਦਾ ਲਾਣਾ ਆਪਾਂ ਸਾਰਿਆਂ ਦੇ ਕਿਣ ਜਾਣਾ ਓਏ ਲੰਬੜਾ ਦਾ ਲਾਣਾ ਛੱਪੀ ਤਰੀਕੇ ਨੂੰ ਆ ਲਾਣਾ ਕੋਈ ਬੱਸ ਕਰੋ ਰੱਬ ਦਾ ਵਾਸਤਾ ਇਹ ਐਂਡ ਦੇ ਵਿੱਚ ਹੁੰਦਾ ਤੁਸੀਂ ਮੈਨੂੰ ਇੰਟਰੋਡਕਸ਼ਨ ਤੱਕ ਨਹੀਂ ਦੇਣ ਦਿੱਤੀ ਕਿਉਂ ਕਿ ਕਿਉਂਕਿ ਮੈਂ ਇੰਟਰੋਡਕਸ਼ਨ ਉਹ ਯਾਰ ਸਾਡੀ ਫਿਲਮ ਆ ਰਹੀ ਹੈ ਕਮਾਲ ਕਰਦੇ ਕੌਣ ਆ ਯਾਰ ਹੈ ਉਹ ਸਾਡੀ ਫਿਲਮ ਆ ਰਹੀ ਹੈ ਲੰਬੜਾ ਲੈਣਾ ਮੇਰੇ ਤੇ ਭੂਤ ਬਹੁਤ ਬਸਵਾਰ ਆ ਮੈਂ ਲੰਬੜਾ ਦਾ ਲੈਣਾ ਲੰਬੜਾ ਲੈਣਾ ਲੋਕੀ ਸਾਰੇ ਕਰਦੇ ਯਾਰ ਤੁਹਾਨੂੰ ਕੀ ਇਤਰਾਜ ਹੈ ਸਾਡੀ ਫਿਲਮ ਆ ਰਹੀ ਆ 26 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਆ ਕਿਹੜਾ ਕਿਹੜੀ ਫਿਲਮ ਰਿਲੀ ਹੋਣੀ ਤੇਰੇ ਲੰਬੜਾਂ ਦਾ ਲਾਣਾ ਅਗਰ ਇਹ ਕੀ ਗੱਲ ਇਧਰ ਉੱਚੀ ਕਹਉਂਦਾ ਸੈਲ ਕਾਟ ਦੇ ਦੇ ਨੀ ਚੁੱਪ ਨਹੀਂ ਕਰਦਾ ਲੰਬੜਾਂ ਦਾ ਲਾਣਾ ਫਿਲਮ ਆ ਰਹੀ ਆ ਮਿੱਤਰ ਪਿਆਰਿਓ ਸਵੇਸ਼ ਕਰਕੇ ਬਸ ਹੁਣ ਉਹਨੂੰ ਬੋਲਣ ਦੇ ਹੈਨਾ ਹੁਣ ਮੈਂ ਭਾਜੀ ਇਜਾਜ਼ਤ ਹੈ ਸ਼ਾਇ ਇਜਾਜ਼ਤ ਦਿੰਦੀ ਆ ਅੰਦਰ ਲਈ ਐ ਭਾਈ ਤੂੰ ਉਦੋਂ ਬੋਲਣਾ ਜਦੋਂ ਤੈਨੂੰ ਸਵਾਲ ਪੁੱਛੇ ਮੇਰਾ ਵੀਰ ਤੁਸੀਂ ਹੁਣ ਆਪ ਹੀ ਤਾਂ ਕਰ ਬੋਲਣਾ ਨਹੀਂ ਹੁਣ ਮੈਨੂੰ ਬੁਲਾਇਆ ਜਾਂਦਾ ਮੈਂ ਫਿਰ ਦੂਜੀ ਵਾਰੀ ਸੋਧ ਕਰਤੀ ਨਾ ਕਿ ਉਦੋਂ ਬੋਲਣਾ ਜਦੋਂ ਸਵਾਲ ਪੁੱਛੇ ਸਸ ਜੀ ਸਸ਼੍ਰੀ ਕਾਲੇ ਜੀ ਸਾਰਿਆਂ ਨੂੰ ਅਮ ਸ਼ੁਰੂਆਤ ਤਾਂ ਬਹੁਤ ਸੋਹਣੇ ਤਰੀਕੇ ਦੇ ਨਾਲ ਹੀ ਹੋਈ ਹੈ ਕਲਾਕਾਰ ਲੋਕ ਨੇ ਮੈਂ ਇੱਕ ਚੀਜ਼ ਦਾ ਬਹੁਤ ਸਤਿਕਾਰ ਕਰਦੀ ਆ ਖਾਸ ਕਰ ਇਹਨਾਂ ਦੋਨਾਂ ਨੂੰ ਦੇਖ ਕੇ ਮੈਂ ਜ਼ਰੂਰ ਕਹਿਣੀ ਚਾਹਾਂਗੀ ਅਮ ਇਨਸਾਨ ਦੁਖੀ ਹੋਵੇ ਭਾਵੇਂ ਸੁਖੀ ਹੋਵੇ ਪਰ ਕਲਾਕਾਰ ਸਾਰਿਆਂ ਦਾ ਮਨੋਰੰਜਨ ਹੀ ਕਰਦਾ ਹੈ ਚਾਹੇ ਪਿੱਛੇ ਕੋਈ ਵੀ ਸਿਚੁਏਸ਼ਨ ਹੋਵੇ ਸੋ ਮੈਂ ਦੋਨਾਂ ਦਾ ਹੀ ਬਹੁਤ ਸਤਿਕਾਰ ਕਰਦੀ ਆਂ ਔਰ ਫਿਲਮ ਲੰਬੜਾ ਦਾ ਲਾਣਾ ਲਈ ਦੋਨਾਂ ਦਾ ਬਹੁਤ ਸਤਿਕਾਰ ਦੇ ਨਾਲ ਸਵਾਗਤ ਕਰਦੇ ਸਤਿ ਸ਼੍ਰੀ ਅਕਾਲ ਥੈਂਕ ਯੂ ਪਰੇਸ਼ਾਨ ਕਰਨ ਲਈ ਸੌਰੀ ਨਹੀਂ ਭਾਜੀ ਪਰ ਫਿਲਮ ਆ ਰਹੀ ਹੈ ਲੋਕਾਂ ਨੇ ਇਹ ਦੇਖਣਾ ਹਨਾ ਇਦਾਂ ਦਾ ਹੀ ਡਰਾਮਾ ਸਾਡੀ ਫਿਲਮ 'ਚ ਹੈ ਹਨਾ ਤੇ ਤੁਸੀਂ ਹੱਸੋਗੇ ਤੇ ਨਾਲੇ ਦੱਸੋਗੇ ਵੀ ਫਿਲਮ ਬਹੁਤ ਵਧੀਆ ਪਹਿਲਾਂ ਕਿਹੜੀ ਲੰਬੜਾਂ ਦਾ ਲਾਲਾ ਹਾਂ ਕਿਹੜੀ ਤਰੀਕ ਨੂੰ ਆਉਣੀ 26 ਜਨਵਰੀ ਬਾਤ ਹੈ ਯਾਰ ਇਧ ਰਟਾ ਲਾ ਗਏ ਇਹ ਬੱਚੀ ਪਿਆਰ ਹੈ ਜਦੋਂ ਵੀ ਤੁਸੀਂ ਵੱਡੇ ਪਰਦੇ ਤੇ ਆਉਂਦੇ ਬਹੁਤ ਸੋਹਣਾ ਲੱਗਦਾ ਹੈ Oh my god ਜੀ ਤੁਹਾਡੇ ਤੋਂ ਸ਼ੁਰੂਆਤ ਕਰਨੀ ਚਾਹਾਂਗੀ ਪਹਿਲੇ ਤਾਂ ਨਵੇਂ ਸਾਲ ਦੀਆਂ ਤਾਂ ਲੋੜੀ ਦੀਆਂ ਦੋਨਾਂ ਨੂੰ ਮੁਬਾਰਕਾਂ ਬਹੁਤ ਸ਼ੁਕਰੀਆ ਤੁਹਾਨੂੰ ਵੀ ਬਹੁਤ ਮੁਬਾਰਕਾਂ ਕਿਸ ਕਿਸ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਤੁਸੀਂ ਤਾਂ ਸੱਚ ਹਰਦੀਪ ਭਾਈ ਦਾ ਬਰਥਡੇ ਮਨਾ ਕੇ ਐਂ ਨਵਾਂ ਸਾਲ ਇਕੱਠੇ ਮਨਾਇਆ ਉਹਦੇ ਬਾਰੇ ਵੀ ਦੱਸੋ ਮੈਂ ਦੇਖਿਆ ਇੱਕ ਵੀਡੀਓ ਦੇ ਵਿੱਚ ਯਾਸਿਰ ਵੀ ਬੈਠੇ ਨੇ ਕਾਫੀ ਕਲਾਕਾਰ ਨਾਲ ਤੁਸੀਂ ਸੈਲੀਬ੍ਰੇਟ ਕੀਤਾ ਹਾਂਜੀ ਹਾਂਜੀ ਬਸ ਉਹਨਾਂ ਦਾ ਪਹਿਲੇ ਤਰੀਕੇ ਨਾਲ ਜਨਮ ਦਿਨ ਹੁੰਦਾ ਤੇ ਜਦੋਂ ਨਵਾਂ ਸਾਲ ਸ਼ੁਰੂ ਹੁੰਦਾ ਫਿਰ ਦੋ ਦੋ ਖੁਸ਼ੀਆਂ ਹੁੰਦੀਆਂ ਤੇ ਐਤਕੀ ਤਿੰਨ ਹੋ ਗਈਆਂ ਕਿਉਂਕਿ ਫਿਲਮ ਵੀ ਰਿਲੀਜ਼ ਹੋ ਰਹੀ ਸੀ ਸੋ ਅਸੀਂ ਆਪਣੇਆਂ ਦੇ ਨਾਲ ਉਹ ਦਿਨ ਮਨਾਇਆ ਸੀ ਤੇ ਨਾਵਾਂਗੇ ਤੇ ਫਿਲਮ ਵੀ ਰਿਲੀਜ਼ ਹੋ ਰਹੀ ਹੋਵੇ ਦੇਖਾਂਗੇ ਇੱਕ ਨਾ ਮੈਂ ਥੱਲੇ ਗੱਲ ਕਰ ਰਹੀ ਸੀ ਮੈਂ ਕਿਆ ਦਿਲਜੀਤ ਦੇ ਟਾਈਮ ਤੇ ਤੇ ਬਾਅਦ ਵਿੱਚ ਗੂਜੀ-ਮੂਜੀ ਤੋਂ ਇਸ ਮਾ ਦਾ ਕਿਰਦਾਰ ਸ਼ੁਰੂ ਹੋਇਆ ਸੀਗਾ ਪਰ ਭਾਜੀ ਸਿਨੇਮਾ ਕਲਾਕਾਰ ਨੂੰ ਕੀ ਕਲਾਕਾਰ ਤੋਂ ਬਹੁਤ ਕੁਝ ਦਿੰਦਾ ਹੈ ਪਰ ਸਿਨੇਮਾ ਨਾਲ ਨੂੰ ਕੀ ਦਿੰਦਾ ਤੁਸੀਂ ਇੱਕੋ ਲੜੀਵਾਰ ਕਿਰਦਾਰ ਦੇਈ ਜਾਓਗੇ ਤੇ ਉਹਦੇ ਕੋਲ ਵੀ ਉਹ ਚੀਜ਼ ਵਿਖਾਉਣ ਦਾ ਮੌਕਾ ਹੀ ਨਹੀਂ ਮਿਲਦਾ ਪਰ ਕੁਝ ਕਲਾਕਾਰ ਇਹੋ ਜਿਹੇ ਨੇ ਜਿਨ੍ਹਾਂ ਵਿੱਚੋਂ ਇੱਕ ਤੁਸੀਂ ਹੋ ਕਿ ਤੁਸੀਂ ਕੱਲੀ ਕਾਮੇਡੀ ਨਹੀਂ ਕਰ ਸਕਦੇ ਤੁਸੀਂ ਸਿੱਖਿਆ ਵੀ ਦੇ ਸਕਦੇ ਹੋ ਤੁਸੀਂ ਅਹਿਸਾਸ ਵੀ ਦੇ ਸਕਦੇ ਹੋ ਕਿ ਤੁਸੀਂ ਇਸ ਫਿਲਮ ਦੇ ਜ਼ਰੀਏ ਵੀ ਯਾਸਰ ਦਾਸਰੇ ਸੀ ਮਾਂ ਦਾ ਅਹਿਸਾਸ ਬਹੁਤ ਖੂਬਸੂਰਤੀ ਦੇ ਨਾਲ ਸੈੱਟ ਤੇ ਦਿੱਤਾ ਹੈ ਮੈਂ ਉਹਦੇ ਬਾਰੇ ਜ਼ਰੂਰ ਜਾਣਨਾ ਚਾਹਾਂਗੀ ਦੇਖੋ ਜੀ ਇਹ ਤਾਂ ਸਾਡੇ ਕੈਪਟਨ ਆਫ ਦਾ ਸ਼ਿਪ ਤਾਜ ਜਿਨ੍ਹਾਂ ਨੇ ਫਿਲਮ ਲਿਖੀ ਤੇ ਡਾਇਰੈਕਟ ਕੀਤੀ ਉਹਨਾਂ ਨੇ ਸਾਰਿਆਂ ਕੋਲੋਂ ਬਹੁਤ ਅੱਛਾ ਕੰਮ ਕਰਵਾਇਆ ਅਸੀਂ ਤਾਂ ਕਹਿੰਦੇ ਹੁੰਦੇ ਨਾ ਪੁਤਲੀਆਂ ਵਾਂ ਜਿੱਤ ਤਰ੍ਹਾਂ ਜਿੱਤ ਤਰ੍ਹਾਂ ਡਾਇਰੈਕਟਰ ਨਾ ਚਾਹੁੰਦਾ ਹੱਸ ਤੇ ਨੱਚਦੇ ਜਾਂਦੇ ਆ ਤੇ ਸਾਰਿਆਂ ਨੇ ਉਹਦੇ ਚ ਅੱਛਾ ਕੰਮ ਕੀਤਾ ਮੈਨੂੰ ਬਹੁਤ ਮਜ਼ਾ ਆਇਆ ਫਿਲਮ ਕਰਕੇ ਕਿਉਂਕਿ ਇਹਦੇ ਚ ਮੇਰਾ ਰੋਲ ਬਹੁਤ ਅੱਛਾ ਔਰ ਇੱਕ ਪਰਿਵਾਰ ਜਿਹੜਾ ਇਹ ਲੰਬੜਾਂ ਦਾ ਲਾਣਾ ਉਹਦਾ ਲੇਡੀਜ਼ ਦੇ ਵਿੱਚੋਂ ਮੈਂ ਹੈੱਡ ਹੈਗੀ ਆ ਤੇ ਬੜਾ ਕੁਝ ਜਿਹੜਾ ਵਾ ਉਹ ਮੇਰੇ ਆਲੇ ਦੁਆਲੇ ਵਾਪਰਦਾ ਮੇਰੇ ਰਾਹੀਂ ਵਾਪਰਦਾ ਤੋਂ ਬੜੇ ਮਜ਼ੇਦਾਰ ਜੇ ਸੀਕੁਐਂਸ ਨੇ ਛੋਟੇ ਛੋਟੇ ਜਿਹੜੇ ਬੜੇ ਕਲਾਸਿਕ اور ਬਹੁਤ ਹਾਸੇ ਵਾਲੇ ਬੜੇ ਕਰਾਰੇ ਨੇ ਉਹ ਜੀ ਸੋ ਬਾਈ ਕਹਿੰਦੇ ਵੀ ਤੁਹਾਨੂੰ ਤਾਂ ਸਿਰਫ ਸੀਨ ਦੱਸਿਆ ਜਾਂਦਾ ਕਿ ਬਾਈ ਇਹ ਕਰਨਾ ਹੈ ਇਹ ਚਾਹੀਦਾ ਹੈ ਉਸ ਤੋਂ ਬਾਅਦ ਅਸੀਂ ਕਹਿੰਦੇ ਅਪ ਟੂ ਯੂ ਸੋ ਇਹ ਵੀ ਇੱਕ ਸਤਕਾਰੀ ਹੁੰਦਾ ਹੈ ਕਲਾਕਾਰ ਦਾ ਹੈ ਨਾ ਤਾਂ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਮਤਲਬ ਆਨੰਦ ਮੰਨਦੇ ਹੋ ਮੈਂ ਤੇ ਇਹ ਪੁੱਛਾਂਗੀ ਨਹੀਂ ਮੱਸ ਉਹ ਐਕਚੁਅਲੀ ਤਾਂ ਬਾਈ ਨੂੰ ਪਤਾ ਹੈ ਮੈਂ ਕੀ ਕਰਨਾ ਹੈ ਨਾ ਇਹ ਡਾਇਰੈਕਟਰ ਦੀ ਇੱਕ ਖੂਬੀ ਹੁੰਦੀ ਹੈ ਇਹਨਾਂ ਦੀ ਬਿਲਕੁਲ ਵੀ ਕਲਾਕਾਰ ਤੋਂ ਕਰਵਾਉਣਾ ਕੀ ਹੈ ਜੀ ਜੀ ਉਹਦੀ ਕਲਾ ਜਿਹੜਾ ਉਹਦਾ ਅੰਦਰ ਕਲਾਕਾਰ ਆ ਜੇ ਉਸ ਕਲਾਕਾਰ ਨੂੰ ਚੰਗੀ ਤਰ੍ਹਾਂ ਜਾਣਦਾ ਨਾ ਡਾਇਰੈਕਟਰ ਤੇ ਉਹਦੀ ਫਿਰ ਕਲਾ 'ਚ ਬਹੁਤ ਨਿਖਾਰ ਆਉਂਦਾ ਹੂੰ ਤੇ ਕਿਉਂਕਿ ਤਾਜਬਾਈ ਨੇ ਕਦੇ ਕਿਹਾ ਹੀ ਨਹੀਂ ਉਹਨਾਂ ਦਾ ਸੀਨ ਦੱਸਣਾ ਵੀ ਆਇਆ ਹੈ ਬਾਕੀ ਉਹ ਹੀ ਤੇ ਸੰਗੇ ਬਾਈ ਬਾਕੀ ਜਿੰਦਾ ਤੁਹਾਡੇ ਜਿੰਦਾ ਤੁਹਾਡੇ ਸਟਾਈਲ ਆ ਉਹ ਵੀ ਆਪਾਂ ਕਰਦੇ ਪਏ ਉਹ ਉਹ ਲੋਕ ਵੀ ਚੰਗਾ ਸਮਝਦੇ ਆ ਹੈ ਨਾ ਅੱਜ ਤਾਂ ਉਹਦਾਂ ਦੇ ਕੈਰੈਕਟਰ ਪਸੰਦ ਕਰਦੇ ਆ ਤੇ ਫਿਰ ਮਹਾਰਾਜ ਦੀ ਕਿਰਪਾ ਨਾਲ ਆ ਬਾਬਾ ਲਾਜ ਹੀ ਰੱਖਦਾ ਆ ਮਾਂ ਪ੍ਰੀਤਮਾ ਅਸੀਂ ਦੇਖੋ ਕਹਿੰਦੇ ਉਹਨੇ ਵੀ ਆ ਗਿਆ ਸੰਗਾ ਤੇ ਆ ਗਿਆ ਸੰਗਾ ਕੀ ਬਾਤ ਹੈ ਭਾਜੀ ਕੰਪਲੀਮੈਂਟ ਹੈ ਹੈ ਨਾ ਨਹੀਂ ਬਿਲਕੁਲ ਬਿਲਕੁਲ ਨਹੀਂ ਹੁੰਦਾ ਹੈ ਹੀ ਆ ਕਿ ਬਾਕੀ ਮਹਾਰੇ ਦੀ ਕਿਰਪਾ ਨਾਲ ਇਹ ਇੱਕ ਨਾ ਲਾਣਾ ਇਦਾਂ ਦੇ ਸ਼ਬਦ ਉਹ ਮਨਫੀ ਹੁੰਦੇ ਜਾਂਦੇ ਹਨ ਹਨਾ ਤੇ ਉਹ ਮੈਂ ਕਹਿੰਨਾ ਵੀ ਪ੍ਰੋਡਿਊਸਰ ਸਾਹਿਬ ਦੀ ਤੇ ਮੈਂ ਡਾਕਟਰ ਸਾਹਿਬ ਦੀ ਤਾਜਮਾਈ ਦੀ ਮੈਂ ਉਹਨਾਂ ਨੂੰ ਵਧਾਈ ਵੀ ਦੇਣਾ ਔਰ ਇਮਾਕੇ ਵਧਾਈ ਦੇ ਹੱਕਦਾਰ ਵੀ ਆ ਬਈ ਐਡਾ ਵਧੀਆ ਕਨਸੈਪਟ ਇਹਨਾਂ ਚੁਣਿਆ ਜੀ ਔਰ ਬਾ ਕਮਾਲ ਚਾਹੀ ਕੇ ਇਹਦਾ ਇੱਕ ਡਾਇਲੋਗ ਹੋ ਚਾਹੀ ਕੇ ਇਹਦੇ 15 ਡਾਇਲੋਗ ਪਰ ਬਾਈ ਨੇ ਬਹੁਤ ਵਧੀਆ ਢੰਗ ਨਾਲ ਉਹਨਾਂ ਨੂੰ ਨਾ ਇਹ ਸਕਰੀਨ ਤੇ ਲਿਆਂਦਾ ਬਹੁਤ ਵਧੀਆ ਸੀਨ ਲਿਖਿਆ ਉਹਨਾਂ ਦੇ ਮੁਤਾਬਕ ਹੀ ਸੋ ਮੇਰਾ ਇੱਕ ਬਾਬੇ ਦਾ ਕਰੈਕਟਰ ਜਿਹੜਾ ਠੱਗ ਬਾਬਾ ਆ ਪਤਾ ਉਹਨੂੰ ਇਹਦਾ ਕੁੱਕੜ ਨਹੀਂ ਮੈਂ ਨਕਲੀ ਬਾਬਿਆਂ ਦੀ ਗੱਲ ਕਰਦਾ ਮੇਰੇ ਪਿੱਛੇ ਨਾ ਬਹਿ ਜਾਓ ਠੀਕ ਹੈ ਨਾ ਮੈਂ ਪਹਿਲਾਂ ਦੱਸਦਾ ਮੈਂ ਨਕਲੀ ਬਾਬੇ ਦਾ ਕਰੈਕਟਰ ਕੀਤਾ ਜਿਹੜੇ ਸਾਧੂ ਮਹਾਪੁਰਸ਼ ਆ ਮੈਂ ਉਹਨਾਂ ਨੂੰ ਨਮਨ ਕਰਦਾ ਠੀਕ ਆ ਤੇ ਗੱਲ ਉਲਟ ਪਾ ਲਈ ਨਾ ਤੁਸੀਂ ਤਾਂ ਤੈਨੂੰ ਮੈਂ ਕਹਿੰਦੇ ਆ ਸਮਝੀ ਗੱਲ ਆ ਜਿੰਮੇਵਾਰ ਤੂੰ ਹੀ ਹੋ ਭਰਾਵਾ ਤੈਨੂੰ ਮੈਂ ਦੱਸਦਾ ਮੈਂ ਤਾਂ ਇੱਕ ਕਰੈਕਟਰ ਦਾ ਹੈ ਨਾ ਅ ਕੈਰੈਕਟਰ ਪਲੇ ਕੀਤਾ ਬਾਈ ਪਰ ਮजेदार ਕੈਰੈਕਟਰ ਸੀ ਅਸੀਂ ਬਹੁਤ ਇੰਜੋਏ ਕੀਤਾ ਸੈਟ ਦੇ ਉੱਤੇ ਤੁਸੀਂ ਸਾਰੇ ਵੀ ਬਹੁਤ ਇੰਜੋਏ ਕਰੋਗੇ ਅਗਲਾ ਸਵਾਲ ਬੀਬੀ ਜੀ ਮੈਂ ਇੱਕ ਗੱਲ ਕਰਨੀ ਚਾਹੁੰਨੀ ਆ ਤੁਹਾਡਾ ਇੱਕ ਬੇਟਾ ਹੈ ਹੈਨਾ ਤੁਹਾਡੇ ਨਾਲ ਪਹਿਲਾਂ ਗੱਲ ਹੋਈ ਸੀ ਤਾਂ ਤੁਸੀਂ ਕਿਹਾ ਸੀਗਾ ਮੈਂ ਕਿਹਾ ਵੀ ਲੋਕੀ ਸਮਝਣ ਲੱਗ ਜਾਂਦੇ ਕਿ खरे ਇਹ ਕਲਾਕਾਰ ਅਸਲ ਜ਼ਿੰਦਗੀ 'ਚ ਵੀ ਸੇਮ ਹੀ ਆ ਤੁਸੀਂ ਕਿਹਾ ਨਹੀਂ ਵੀ ਮੇਰੇ ਘਰ ਦਾ ਮਾਹੌਲ ਬਹੁਤ ਸੋਫਿਸਟੀਕੇਟਿਡ ਬਹੁਤ ਪੜਿਆ ਲਿਖਿਆ ਸੀ ਬੇਟੇ ਨੂੰ ਵੀ ਉਦਾਂ ਦੀ ਤਾਲੀਮ ਦਿੰਦੇ ਆ ਸੇਮ ਇਸ ਸੈਟ ਤੇ ਹੈਨਾ ਜਿੱਦਾਂ ਪਤਾਜ ਬਾਈ ਨੇ ਗੱਲ ਕੀਤੀ ਵੀ ਅਸਲ ਜ਼ਿੰਦਗੀ ਦੇ ਵਿੱਚ ਉਹਨਾਂ ਮਾਤਾ ਜੀ ਦਾ ਅਸ਼ੀਰਵਾਦ ਉਹਨਾਂ ਦੇ ਨਾਲ ਹੈ ਬਟ ਉਹ ਖੁਦ ਨਹੀਂ ਨੇਗੇ ਸੇਮ ਯਾਸਿਰ ਦੀ ਕਹਾਣੀ ਹੈ ਔਰ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਇੱਕ ਪੁੱਤਰ ਦੇ ਵੰਡੇ ਤੁਹਾਨੂੰ ਇੰਨੇ ਪੁੱਤ ਮਿਲਦੇ ਨੇ ਉਹਨਿਆਂ ਦਾ ਉਹਨਾਂ ਦਾ ਅਹਿਸਾਸ ਹੁੰਦਾ ਇੱਕ ਸਤਕਾਰ ਹੁੰਦਾ ਮਤਲਬ ਕਲਾਕਾਰ ਦੇ ਤੌਰ ਤੇ ਹੀ ਤੁਸੀਂ ਇੰਨੇ ਰਿਸ਼ਤੇ ਜਿਉ ਲੈਂਦੇ ਹੋ ਮੈਮ ਮੈਂ ਉਹਨਾਂ ਰਿਸ਼ਤਿਆਂ ਦੇ ਬਾਰੇ ਜ਼ਰੂਰ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਬਟਾ ਮੈਨੂੰ ਨਾ ਲੱਗਦਾ ਕਿ ਮੈਂ ਬlesd ਆ ਤੁਸੀਂ ਕਦੀ ਵੀ ਮੇਰਾ ਇੰਸਟਾ ਦਾ ਅਕਾਊਂਟ ਮੇਰਾ ਫੇਸਬੁੱਕ ਦੇਖੋ ਨਾ 70% ਜਿਹੜੇ ਕੋ ਮੈਨੂੰ ਕਮੈਂਟ ਆਉਂਦੇ ਨੇ ਨਾ ਉਹੀ ਹੁੰਦੇ ਕਿ ਤੁਹਾਡੇ ਵਾਲਾ ਸੀ ਦੇਖਦੇ ਆ ਤੇ ਤੁਸੀਂ ਸਾਨੂੰ ਆਪਣੀ ਮਾਂ ਵਰਗੇ ਲੱਗਦੇ ਹੋ ਮੇਰੀ ਮਾਂ ਨਹੀਂ ਹੈਗੀ ਮੈਂ ਤੁਹਾਡੇ ਚ ਆਪਣੀ ਮਾਂ ਵੇਖਦਾ ਤੁਸੀਂ ਮੇਰੇ ਪੂਆਜੀ ਵਰਗੇ ਹੋ ਤੁਸੀਂ ਬਿਲਕੁਲ ਮੇਰੇ ਮਾਸੀ ਜੀ ਵਰਗੇ ਹੋ ਸੀ ਆਪਣੇ ਘਰ ਦੇ ਵਿੱਚ ਤੁਹਾਡਾ ਇਹ ਨਾਂ ਲੈਨੇ ਮਾਸੀ ਜੀ ਆਗੇ ਪੂਆਜੀ ਆਗੇ ਸੋ ਮੈਨੂੰ ਲੱਗਦਾ ਕਿ ਇਸ ਤੋਂ ਵੱਧ ਕੀ ਦੇ ਸਕਦਾ ਪ੍ਰਮਾਤਮਾ ਤੁਹਾਨੂੰ ਬਿਲਕੁਲ ਹੈਨਾ ਮੇਰੀ ਝੋਲੀ ਇੰਨੇ ਰਿਸ਼ਤਿਆਂ ਦੇ ਨਾਲ ਭਰੀ ਮਤਲਬ ਇੱਕ ਵਾਰੀ ਮੈਂ ਦਿੱਲੀ 에어ਪੋਰਟ ਤੇ ਬੈਠੀ ਤੇ ਇਟਲੀ ਤੋਂ ਕੋਈ ਪੰਜਾਬੀ ਗਰੁੱਪ ਸੀਗਾ ਮੁੰਡਿਆਂ ਦਾ ਉਹ ਆਪਣਾ ਕਿਰਤ ਕਮਾਈ ਕਰਕੇ ਵਾਪਸ ਪੰਜਾਬ ਪਰਤ ਰਿਹਾ ਸੀ ਤੋਂ ਮੈਨੂੰ ਨਾ ਮੁੰਡਾ ਇੱਕ ਆਇਆ ਮੇਰੇ ਕੋ ਕਹਿੰਦਾ ਜੀ ਮੈਂ ਤਾਂ ਕਦੀ ਸੁਪਨੇ ਚ ਨਹੀਂ ਸੋਚਿਆ ਤੁਹਾਨੂੰ ਸਾਹਮਣੇ ਵੇਖੂੰਗਾ ਤੇ ਮੇਰਾ ਇਹ ਬਹੁਤ ਵੱਡਾ ਸੁਪਨਾ ਸੀ ਕਿ ਮੈਂ ਤੁਹਾਡੀ ਕੁੱਖੋਂ ਪੈਦਾ ਹੁੰਦਾ ਮੈਂ ਤੁਹਾਡਾ ਪੁੱਤ ਹੁੰਦਾ ਮੈਂ ਕਹਾਂ ਬੇਟਾ ਮਾਵਾਂ ਸਾਰੀਆਂ ਨਾ ਇੱਕੋ ਜਿਹੀਆਂ ਹੁੰਦੀਆਂ ਔਰ ਉਹ ਪਿਆਰ ਕਰਨ ਵਾਲੀਆਂ ਹੁੰਦੀਆਂ ਪਰ ਜਦੋਂ ਅਸੀਂ ਜਿਆਦਾ ਕਰੀਬ ਹੁੰਨੇ ਨਾ ਉਦੋਂ ਸਾਨੂੰ ਉਹਨਾਂ ਦੀ ਵੈਲਿਊ ਨਹੀਂ ਹੁੰਦੀ ਮੈਂ ਤੇਰੇ ਤੋਂ ਦੂਰ ਐ ਨਾ ਮਤਾ ਤੈਨੂੰ ਵੈਲਿਊਏਬਲ ਲੱਗ ਰਹੀ ਹਾਂ ਹੋ ਸਕਦਾ ਜੇ ਤੂੰ ਮੇਰੀ ਕੁੱਖੋਂ ਪੈਦਾ ਹੁੰਦਾ ਤਾਂ ਤੈਨੂੰ ਮੈਂ ਉਂਝਦੀ ਲੱਗਦੀ ਜਿਵੇਂ ਦੀ ਤੇਰੀ ਆਪਣੀ ਮਾਂ ਨਾਲ ਤੇ ਹੁਣ ਇਹ ਬੱਬਲ ਮੈਨੂੰ ਅਸੀਂ ਇੱਕ ਫਿਲਮ ਫਿਲਮ ਦੇ ਵਿੱਚ ਆ ਫੋਟੋ ਖਿੱਚੀਆਂ ਹੁਣੇ ਤਾਂ ਫੋਟੋ ਆ ਨਾ ਉਹ ਸ਼ੇਅਰ ਕਰ ਰਿਆ ਸੀ ਮੇਰੇ ਫੋਨ ਤੋਂ ਆਪਣੇ ਫੋਨ ਤੇ ਤੇ ਉਹ ਹੱਸ ਪਿਆ ਮੈਂ ਕਿ ਕੀ ਹੋਇਆ ਕਹਿੰਦਾ ਤੁਸੀਂ ਆਪਣੇ ਫੋਨ ਦਾ ਨਾਮ ਕੀ ਰੱਖਿਆ ਤੇਰੀ ਮਾਂ ਦਾ ਫੋਨ ਤੇ ਮੈਂ ਕਿਹਾ ਮੈਨੂੰ ਤੁਹਾਡੇ ਸਾਰਿਆਂ ਦੇ ਵਿੱਚੋਂ ਆਪਣੇ ਬੱਚਾ ਦੇ ਇਸ ਦਾ ਮੈਨੂੰ ਲੱਗਦਾ ਤੁਸੀਂ ਮੇਰੇ ਬੱਚੇ ਉਹਦੇ ਇਸ ਕਰਕੇ ਮੈਂ ਇਹੀ ਨਾਮ ਰੱਖਿਆ ਕਿ ਤੇਰੀ ਮਾਂ ਦਾ ਫੋਨ ਕਿ ਇਹ ਜਿਹੜਾ ਫੋਨ ਹੈ ਤੇਰੀ ਮਾਂ ਦਾ ਵਾ ਜਿਹੜਾ ਤੇਰੇ ਹੱਥ ਚ ਮੇਰਾ ਫੋਨ ਹੈ ਕੀ ਬਾਤ ਹੈ ਇਹ ਤਾਂ ਚਲੋ ਹੋ ਗਈ ਇਨਸਾਨੀਅਤ ਰਿਸ਼ਤਿਆਂ ਦੀ ਗੱਲ ਕਰ ਲਈ ਮਿੱਕੀ ਤੁਹਾਡਾ ਬਹੁਤ ਚਾਹੇਤਾ ਹੈ ਲਾਡੀਆਂ ਐਂਡ ਹੈਨਾ ਤੁਹਾਡੇ ਕੋਲ ਰੋਟੀ ਖਾਣੀ ਔਰ ਤੁਹਾਡੇ ਨਾਲ ਅੱਛਾ ਖਾਸਾ ਟਾਈਮ ਸਪੈਂਡ ਕਰਨਾ ਪਸੰਦ ਕਰਦਾ ਤੇ ਉਹਦੇ ਬਾਰੇ ਵੀ ਦੱਸੋ ਕਿਉਂਕਿ ਇਨਸਾਨ ਇਨਸਾਨੀਅਤ ਹੀ ਭੁੱਲਦਾ ਜਾ ਰਿਹਾ ਤੇ ਉਹਨਾਂ ਦੀ ਤਾਂ ਕੀ ਖੈਰ ਉਹਨਾਂ ਨੇ ਫੀਲਿੰਗ ਸਮਝਣੀਆਂ ਨੇ ਮਾਈ ਕੀ ਸਾਡਾ ਡੌਗੀ ਹੈਗਾ ਤੇ ਕਿਉਂਕਿ ਅਸੀਂ ਘੱਟ ਟਾਈਮ ਘਰ 'ਚ ਹੁੰਨੇ ਆ ਜਦੋਂ ਵੀ ਹੁੰਨੇ ਫਿਰ ਉਹ ਬਹੁਤ ਜ਼ਿਆਦਾ ਪਿਆਰ ਕਰਦਾ ਤੇ ਕਈ ਵਾਰੀ ਇੰਜ ਹੁੰਦਾ ਜਿਵੇਂ ਮੈਂ ਸ਼ੂਟ ਤੋਂ ਵਾਪਸ ਗਈ ਤੇ ਜਿਵੇਂ ਇੱਕ ਵਾਰੀ ਇੰਜ ਹੋਇਆ ਮੇਰਾ ਬੇਟਾ ਦੌੜ ਕੇ ਆਇਆ ਮੈਨੂੰ ਮਿਲਣ ਲਈ ਤੋ ਉਹਨੂੰ ਬਹੁਤ ਗੁੱਸਾ ਆਇਆ ਕਿ ਇਹ ਪਹਿਲੋਂ ਉਹਨੂੰ ਕਿਉਂ ਮਿਲਣਾ ਪੀ ਉਹ ਦੌੜ ਕੇ ਆਇਆ ਉਹਨੇ ਉਹਨੂੰ ਧੱਕਾ ਮਾਰ ਕੇ ਪੜੇ ਸੋੜ ਦਿੱਤਾ ਤੇ ਆਪ ਆ ਕੇ ਮੈਨੂੰ ਹੱਗ ਕਰ ਲਿਆ ਸੋ ਮਹਾਰਦੀਪ ਹੁਣੀ ਜਿਵੇਂ ਉਹ ਆਉਂਦੇ ਤੋ ਤੋ ਪਾਗਲ ਹੋ ਜਾਂਦਾ ਫਿਰ ਸੋ ਜਾਨਵਰ ਵੀ ਜਿਹੜੇ ਉਹ ਮੁਹੱਬਤ ਮੰਗਦੇ ਪਿਆਰ ਮੰਗਦੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਮੇਰੇ ਚੋਂ ਮਾਂ ਦਿਸਦੀ ਉਹਨੂੰ ਵੀ ਉਹਨੂੰ ਥੋੜਾ ਪਤਾ ਕਿ ਮੈਂ ਕੁੱਤਾ ਆ ਉਹਨੂੰ ਤਾਂ ਇਹ ਲੱਗਦਾ ਨਾ ਕਿ ਜਿਵੇਂ ਇਸ ਬੱਚੇ ਦੀ ਮਾਂ ਮਤੇ ਮੇਰੀ ਵੀ ਮਾਂ ਹੈ ਬਿਲਕੁਲ ਸਹੀ ਗੱਲ ਹੈ ਪਰ ਜੀ ਲਾਣੇ ਦੀ ਗੱਲ ਹੋ ਰਹੀ ਹੈ ਹੈਨਾ ਪੁਰਾਣੇ ਸਮੇਂ ਦੇ ਵਿੱਚ ਜੁਆਇੰਟ ਫੈਮਲੀਆਂ ਹੁੰਦੀਆਂ ਸੀ ਜੁਆਇੰਟ ਫੈਮਲੀ ਕੀ ਹੁੰਦੀ ਹੈ ਕਿ ਘਰ ਚ ਆਪਾਂ ਮੈਂ ਦੱਸ ਜੀ ਹੁਣ ਬਾਕੀ ਪਿੰਡਾਂ ਵਾਲੇ ਵੀ ਤਾਏ ਚਾਚੇ ਇਹੀ ਸਾਰਾ ਪਿੰਡ ਹੀ ਰਿਸ਼ਤੇਦਾਰਾਂ ਦਾ ਹੁੰਦਾ ਸੀਗਾ ਉਹ ਚੀ ਉਹੀ ਮੈਂ ਤਾਂ ਕਰਕੇ ਕਹਿੰਦੇ ਮਨਤਾਜ بھائی ਨੇ ਬੜਾ ਵਧੀਆ ਕੰਟੈਂਟ ਚੁਣਿਆ ਬੜਾ ਵਧੀਆ ਸਬਜੈਕਟ ਲੱਭਿਆ ਇਹਨਾਂ ਨੇ ਵੀ ਉਹ ਜਦੋਂ ਇਦਾਂ ਦੀਆਂ ਫਿਲਮਾਂ ਦੇਦੇ ਨੇ ਅਸੀਂ ਕਹਿ ਦਿੰਦੇ ਮੈਨੂੰ ਫਿਲਮਾਂ ਫਿਲਮ ਦੇ ਕੇ ਲੋਕ ਇਕੱਠੇ ਹੁੰਦੇ ਆ ਵਾਕਿਆ ਯਾਰ ਸਾਨੂੰ ਇਦਾਂ ਹੋਣਾ ਚਾਹੀਦਾ ਜਦੋਂ ਬਾਹਰ ਨਿਕਲਦੇ ਜਾ ਪਰਵਾਹ ਨਾਲ ਜਾਂਦੇ ਆ ਫਿਲਮ ਦੇਖਣ ਤੇ ਉਹਨਾਂ ਨੂੰ ਲੱਗਦਾ ਆ ਵੀ ਨਹੀਂ ਯਾਰ ਆ ਫਿਲਮ ਵਧੀਆ ਹੋਣੀ ਆ ਤੇ ਉਹ ਉਹ ਚਲਦੀ ਵੀ ਨਹੀਂ ਪਮਾ ਦੇਖੋ ਜਿਹੜੀ ਇਦਾਂ ਦੇ ਕੰਟੈਂਟ ਹੁੰਦੇ ਨੇ ਪਮਾ ਕਮਾਈ ਥੋੜਾ ਕਰਨ ਪਰ ਜਿਹੜੀ ਪਰ ਮਾਰਾ ਨੇ ਉਤੋਂ ਉਹਨੂੰ ਦੇਖ ਕੇ ਕਮਾ ਲੈਣਾ ਜਿਹੜੇ ਉਹਨਾਂ ਪਰਿਵਾਰ ਬਾਅਦ ਵਿੱਚ ਇਕੱਠੇ ਹੋਏ ਨੇ ਉਹ ਇੱਕ ਅਲੱਗ ਥਿੰਗ ਹੈ ਵੇਣ ਬਹੁਤ ਜ਼ਿਆਦਾ ਹੋ ਜਾਂਦੀ ਹੈ ਨਾ ਅਸਲ ਦੇ ਵਿੱਚ ਨਾ ਪਤਾ ਕੀ ਪਹਿਲਾਂ ਹੁੰਦਾ ਸੀਗਾ ਕਿ ਦੇਸੀ ਸ਼ਬਦ ਨੂੰ ਨਾ ਲੋਕ ਹੋਰ ਤਰ੍ਹਾਂ ਦੇਖਦੇ ਸੀ ਜੀ ਜੀ ਬੱਤ ਹੁਣ ਨਾ ਜਦੋਂ ਅੰਗਰੇਜ਼ ਆਈ ਬੜੇ ਨਵੇਂ ਸ਼ਬਦ ਉਸ ਫਿਲਮ ਦੇ ਰਾਈ ਜਿਹੜੇ ਬੱਚਿਆਂ ਨੇ ਸਿੱਖਿਆ ਔਰ ਮੈਨੂੰ ਇਹ ਇਹ ਚੀਜ਼ ਬੜੀ ਵਧੀਆ ਲੱਗਦੀ ਜੰਗ ਜਨਰੇਸ਼ਨ ਦੀ ਕਿ ਉਹਨਾਂ ਹੁਣ ਸਾਡੀ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹਨਾਂ ਨੂੰ ਅਡਾਪਟ ਕਰ ਰਹੇ ਆ ਜੀ ਉਹਨਾਂ ਨੂੰ ਸਿੱਖ ਰਹੇ ਆਪਣੀ ਬਹੁਤ ਸਾਰੀ ਭਾਸ਼ਾ ਵਾ ਬੜੇ ਅੱਖਰ ਨੇ ਜਿਹੜੇ ਉਹਨਾਂ ਨੇ ਉਹ ਬੋਲਣੇ ਸ਼ੁਰੂ ਕਰਤੇ ਵਰਤਣੇ ਸ਼ੁਰੂ ਕਰਤੇ ਤੇ ਲੰਬੜ ਲਾਣਾ ਇਹ ਚੀਜ਼ਾਂ ਹੋਰ ਵੀ ਬੜਾ ਕੁਝ ਐਸ ਫਿਲਮ ਦੇ ਵਿੱਚ ਜਿਹੜਾ ਉਹਨਾਂ ਨੂੰ ਅਟਰੈਕਟ ਕਰੇਗਾ ਉਹ ਜ਼ਰੂਰ ਪੁੱਛਣਗੇ ਦੇ ਅਰਥ ਕੀ ਨੇ ਇਹਦਾ ਮਤਲਬ ਕੀ ਹੈਗਾ ਔਰ ਉਹਨਾਂ ਦੀ ਭਾਸ਼ਾ 'ਚ ਇਹ ਅੱਖਰ ਸ਼ਾਮਲ ਹੋਣਗੇ ਸੋ ਮੈਨੂੰ ਲੱਗਦਾ ਹੈ ਕਿ ਇੱਕ ਸਿਨੇਮੇ ਦੀ ਇਹ ਵੀ ਬਹੁਤ ਵੱਡੀ ਦੇਣ ਆ ਇੱਕ ਰਿਚਨੈਸ ਆ ਕਿ ਅਸੀਂ ਆਪਣੇ ਸ਼ਬਦਾਂ ਨੂੰ ਆਪਣੀ ਭਾਸ਼ਾ ਨੂੰ ਦੁਬਾਰਾ ਤੋਂ ਰਿਵਾਈਜ਼ ਕਰ ਰਹੇ ਹਾਂ ਔਰ ਸਾਡੀ ਜ਼ਿੰਦਗੀਆਂ ਦਾ ਹਿੱਸਾ ਬਣ ਰਹੇ ਨੇ ਮੈਨੂੰ ਯਾਦ ਹੈ ਛੋਟੇ ਹੁੰਦੇ ਮੈਮ ਹੁਣ ਬਹੁਤ ਜ਼ਿਆਦਾ ਸ਼ਰਮ ਮਹਿਸੂਸ ਕਰਦੇ ਆ ਪਹਿਲੇ ਜੰਗਲ ਪਾਣੀ ਕਹਿੰਦੇ ਸੀਗੇ ਤੇ ਜੇ ਕੋਈ ਚੀਜ਼ ਲੈ ਕੇ ਲੈ ਆਉਣੀ ਵੇੜਾ ਕਹਿੰਦੇ ਸੀਗੇ ਜਾਂ ਉਦੋਂ ਮੇਰੇ ਖੁਰਾ ਕਹਿੰਦੇ ਹੁੰਦੇ ਸੀ ਜਿਹੜਾ ਬਾਥਰੂਮ ਦੇ ਬਾਰੇ ਹਾਂ ਗੁਸਲਖਾਨਾ ਗੁਸਲਖਾਨ ਜਿੱਦਾਂ ਆਂਦੇ ਸੀ ਨਾ ਉਸ ਤੋਂ ਬਾਹਰ ਇੱਕ ਜਗ੍ਹਾ ਨੂੰ ਖੁਰਾ ਕਹਿੰਦੇ ਸੀ ਉੱਥੇ ਭਾਂਡੇ ਭੁੰਡੇ ਵੀ ਧੋ ਲੈਂਦੇ ਸੀ ਸੋ ਇਟ ਇਜ਼ ਅ ਬਹੁਤ ਜ਼ਿਆਦਾ ਗਵਾਜ ਦੇ ਤੁਸੀਂ ਆਪਣੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਨਾਲ ਪਾ ਜੀ ਬਤੌਰ ਕਲਾਕਾਰ ਔਰ ਬਤੌਰ ਫਾਦਰ ਕਨੈਕਟ ਮੈਨੂੰ ਪਿੰਡ ਲੈ ਕੇ ਜਨਨਾ ਮੈਂ ਇਹਨਾਂ ਨੂੰ ਵੀ ਆ ਦੇਖੋ ਤੁਹਾਡੇ ਲਈ ਆ ਬਾਥਰੂਮ ਆ ਲੇਕਿਨ ਅਹੀਂ ਤੇ ਠੰਦ ਮੈ ਕੇ ਨਹਾਉਂਦੇ ਹੁੰਦੇ ਸੀ ਜੀ ਹੈਨਾ ਆ ਪਾਣੀ ਅਹੀਂ ਉਹ ਜਿਹੜਾ ਹੱਤੀ ਵਾਲਾ ਨਲਕਾ ਹੁੰਦਾ ਏ ਉਹਨੂੰ ਗੇੜ ਕੇ ਹੈਨਾ ਤੇ ਉਹਦੇ ਵਿੱਚੋਂ ਪਾਣੀ ਬਾਲਟੀ ਨਾ ਭਰਨਾ ਤੇ ਮਾਗਣਾ ਉੱਥੇ ਮਨਣਾ ਤੇ ਕੋਈ ਇੰਨਾ ਤਾਂ ਹੁੰਦਾ ਨਹੀਂ ਸੀ अच्छा एक गल मैं जरूर ਤੁਹਾਡੇ ਕੋਲ ਜਾਣਾ ਚਾਹਾਂਗੀ ਜਦੋਂ ਅਸੀਂ ਛੋਟੇ ਛੋਟੇ ਪਿੰਡਾਂ ਚ ਜਾਂਦੇ ਸੀ ਨਾ ਮੈਮ ਇੱਕੋ ਹੀ ਤੋਲੀਆ ਹੁੰਦਾ ਸੀ ਇੱਕੋ ਹੀ ਸਾਬਣ ਹੁੰਦਾ ਸੀ ਤੇ ਕਿਸੇ ਨੂੰ ਕੋਈ ਬਿਮਾਰੀ ਵੀ ਨਹੀਂ ਸੀ ਹੁੰਦੀ ਹੁਣ ਤਾਂ ਆਪਾਂ ਕਹਿੰਦੇ ਨੇ ਨਹੀਂ ਸੈਂਸਿਟਿਵ ਆ ਉਹਦਾ ਨਹੀਂ ਵਰਤਣਾ ਇਹਦਾ ਨਹੀਂ ਵਰਤਣਾ ਇਹ ਮਾਹੌਲ ਚੋਂ ਤਾਂ ਆਪਾਂ ਵੀ ਨਿਕਲੇ ਆ ਸੋ ਤੁਸੀਂ ਇਸ ਬਦਲਾਵ ਨੂੰ ਦੇਖਦਿਆਂ ਹੋਇਆ ਮਤਲਬ ਕੀ ਸਮਝਦੇ ਹੋ ਨਹੀਂ ਦੇਖੋ ਚੀਜ਼ਾਂ ਜਿਹੜੀਆਂ ਨੇ ਉਹ ਵਕਤ ਦੇ ਨਾਲ ਫਰਕ ਪੈਂਦਾ ਹੀ ਆ ਹੁਣ ਇਹ ਵਾਲੀ ਫਿਲਮ ਜਦੋਂ ਆਏਗੀ ਲੰਬੜਾਂ ਦਾ ਲਾਣਾ ਜੀ ਤਾਂ ਜਿਵੇਂ ਹੁਣ ਅੱਜਕੱਲ ਹੈਗਾ ਸਿੰਗਲ ਫੈਮਲੀਆਂ ਹਸਬੰਡ ਵਾਈਫ ਇੱਕ ਜਾਂ ਦੋ ਬੱਚੇ ਹੈ ਨਾ ਇਹ ਵਾਲੀ ਫਿਲਮ ਦੀ ਖੂਬਸੂਰਤੀ ਇਹੀ ਆ ਕਿ ਜਿਵੇਂ ਸਾਨੂੰ ਸਾਰਿਆਂ ਨੂੰ ਹੁਣ ਆਮ ਲੋਕਾਂ ਨੂੰ ਲੱਗਦਾ ਹੀ ਕਿ ਬਸ ਇਕੱਲੇ ਰਹਿਣਾ ਉਹ ਬੈਟਰ ਆ ਹਾਂਜੀ ਆਪਸ਼ਨ ਹੈਗੀ ਬਟ ਜਦੋਂ ਇਹੋ ਜਿਹੀਆਂ ਫਿਲਮਾਂ ਆਉਂਦੀਆਂ ਜਿਹਦੇ ਚ ਇੱਕ ਪਰਿਵਾਰ ਹੁੰਦਾ ਪਰਿਵਾਰ ਚ ਨਿੱਕੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ ਸ਼ਰਾਰਤਾਂ ਹੁੰਦੀਆਂ ਨਿੱਗ ਹੁੰਦਾ ਪਿਆਰ ਮੁਹੱਬਤ ਉਹ ਸਾਰਾ ਕੁਝ ਜੀ ਇੱਕ ਜਿਹੜੇ ਰਿਸ਼ਤਿਆਂ ਦੇ ਨਾਲ ਬੌਂਡਿੰਗ ਹੁੰਦੀ ਆ ਹਮ ਉਹ ਸਾਰੀਆਂ ਚੀਜ਼ਾਂ ਜਦੋਂ ਸਾਨੂੰ ਲੱਗਦਾ ਕਿ ਜਿਵੇਂ ਸਾਡੇ ਬੱਚੇ ਨਵੇਂ ਸ਼ਬਦ ਸਿੱਖ ਰਹੇ ਨੇ ਨਵੀਆਂ ਚੀਜ਼ਾਂ ਸਿੱਖ ਰਹੇ ਨੇ ਉਵੇਂ ਸ਼ਾਇਦ ਇਹ ਦੁਬਾਰਾ ਫਿਰ ਉਹਨਾਂ ਚੀਜ਼ਾਂ ਨੂੰ ਵੀ ਸਿੱਖਣ ਕਿ ਜੇ ਅਸੀਂ ਇੱਕ ਦੂਸਰੇ ਦੇ ਨਾਲ ਕਨੈਕਟਡ ਸੀ ਜਿਆਦਾ ਸਾਡੇ ਵਾਲੀ ਪੀੜ੍ਹੀ ਤੇ ਉਹਦੀ ਵਜ੍ਹਾ ਇਹ ਸੀ ਕਿ ਅਸੀਂ ਸਾਂਝੇ ਪਰਿਵਾਰਾਂ ਚੋਂ ਆਏ ਸੋ ਮਤਲਬ ਉਹ ਲਾਣੇ ਜਿਹੜੇ ਨੇ ਉਹ ਤਾਂ ਹੀ ਲਾਣਾ ਸੀ ਕਿ ਉਹ ਇਕੱਠੇ ਸੀ ਤੇ ਲਾਣਾ ਖਤਮ ਹੋਇਆ ਤੇ ਲਾਣਾ ਸ਼ਬਦ ਵੀ ਖਤਮ ਹੋ ਗਿਆ ਸੋ ਇਸ ਫਿਲਮ ਦੇ ਰਾਹੀਂ ਇਹ ਇਹੀ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜਾ ਇਕੱਠ ਹੁੰਦਾ ਉਹਦੇ ਵਿੱਚ ਨਿੱਗ ਬਹੁਤ ਹੁੰਦਾ ਨਿੱਗ ਬਹੁਤ ਹੁੰਦਾ ਰਾਈਟ ਪਰ ਇੱਕ ਨਾ ਕਲਾਕਾਰਾਂ ਦੀ ਜ਼ਿੰਦਗੀ 'ਚ ਅਕਸਰ ਸੁਣਨ ਨੂੰ ਮਿਲਦਾ ਕਿਉਂਕਿ ਸਾਡਾ ਖੇਤਰ ਹੀ ਐਦਾਂ ਦਾ ਜਦੋਂ ਤੁਸੀਂ ਸ਼ੁਰੂਆਤ ਕਰਦੇ ਹੋ ਤਾਂ ਸਪੋਰਟ ਸਿਸਟਮ ਨਹੀਂ ਹੁੰਦਾ ਪਰ ਜੇ ਤੁਸੀਂ ਵੀ ਦੱਸ ਰਹੇ ਸੀ ਵੀ 50 ਰੁਪਏ ਤੋਂ ਸ਼ੁਰੂਆਤ ਕੀਤੀ ਹੋਈ ਆ ਕਿਸੇ ਟਾਈਮ ਤੋਂ ਤੇ ਅੱਜ ਹੈ ਨਾ ਇੰਨੇ ਬਾਬੇ ਨੇ ਬਰਕਤ ਪਾਈ ਹੋਈ ਹੈ ਸੋ ਮੁਸ਼ਕਲ ਟਾਈਮ 'ਚ ਬੜੇ ਜਣੇ ਸਾਥ ਛੱਡ ਜਾਂਦੇ ਨੇ ਇੰਡਸਟਰੀ ਦੇ ਵੀ ਮਤਲਬ ਸ਼ੁਰੂਆਤੀ ਦੌਰ ਦੇ ਵਿੱਚ ਕਿਤਨਾ ਕਿਤ ਵਿਤਕਰਾ ਹੁੰਦਾ ਕਿ ਨਹੀਂ ਨਵੇਂ ਕਲਾਕਾਰ ਨੇ ਜਾਂ ਹੈ ਨਾ ਇਹ ਪਰ ਹੁਣ ਅੱਜ ਦੀ ਡੇਟ 'ਚ ਮੈਂ ਤੁਹਾਨੂੰ ਸਾਰਥੀ ਕੇ ਬਾਈ ਘ ਸ਼ਗਨ ਤੱਕ ਫੜਾ ਰਹੇ ਸੀ ਤੁਸੀਂ ਉਹਦੀ ਵੀ ਪ੍ਰੋਪਰ ਵੀਡੀਓ ਪਏ ਸੋ ਰਿਸ਼ਤਿਆਂ ਦੇ ਬਦਲਾਅ ਨੂੰ ਅੱਪਾ ਜੀ ਕਿਦਾਂ ਤੁਸੀਂ ਮਹਿਸੂਸ ਕਰਨ ਲੱਗੇ ਹੋ ਮੈਂ ਤਾਂ ਇਹੀ ਕਹਿੰਨਾ ਵੀ ਉਹ ਹੀ ਉਹ ਦੇਖੋ ਜੀ ਪਹਿਲਾਂ ਘਰ ਕੱਚੇ ਹੁੰਦੇ ਸੀ ਪਰ ਰਿਸ਼ਤੇ ਬੜੇ ਪੱਕੇ ਹੁੰਦੇ ਸੀ ਅੱਜ ਲੈਂਟਰ ਪੈ ਗਿਆ ਹਨਾ ਇੱਥੇ ਵੀ ਲੈਂਟਰ ਪੈ ਗਿਆ ਵੀ ਉਹ ਪਤਾ ਨਹੀਂ ਲੰਦਾ ਵੀ ਦਿਲ ਚ ਇਹਦੇ ਕੀ ਆ ਵੀ ਇਹ ਕੱਚਾ ਹੈ ਜਾਂ ਪੱਕਾ ਹੈ ਜਾਂ ਕੀ ਹਿਸਾਬ ਦਾ ਤੇ ਉਹ ਪਰਿਵਾਰ ਜਿਹੜੇ ਬੜੇ ਸੱਚੇ ਹੁੰਦੇ ਸੀ ਹਨਾ ਉਹਨੇ ਗਮਾਣੀਦਾ ਸੀ ਭਰਾ ਦਾ ਡਰ ਹੁੰਦਾ ਸੀ ਚਾਚੇ ਦਾ ਡਰ ਹੁੰਦਾ ਸੀ ਅੱਜ ਕੱਲ ਤਾਂ ਬੱਚੇ ਨੂੰ ਪਿਓ ਦਾ ਨਹੀਂ ਡਰ ਹੁੰਦਾ ਹੈ ਨਾ ਸੋ ਇੱਕ ਫਿਲਮ 'ਚ ਦਿਖਾਇਆ ਇਹੀ ਆ ਭਈ ਆਪ ਤੋਂ ਜਿਹੜਾ ਵੱਡਾ ਆ ਜਿਹੜਾ ਲਾਣੇਦਾਰ ਆ ਉਹ ਤਾਂ ਸਾਰੇ ਪਰਿਵਾਰ ਨੂੰ ਕਿੰਨਾ ਡਰ ਸੀ ਉਹ ਨਹੀਂ ਉਹ ਬਾਪੂ ਨੇ ਹੈ ਕਹਣਾ ਉਹ ਨਹੀਂ ਉਹ ਨਹੀਂ ਉਹ ਲਾਣੇਦਾਰ ਨੇ ਤੈਨੂੰ ਪਾ ਜਾਣਾ ਹੈ ਨਾ ਤੇ ਉਹ ਚੀਜ਼ ਆ ਉਹ ਮੈਂ ਤਾਂ ਮਿਸ ਕਰਦਿਆਂ ਮੈਂ ਤਾਂ ਕਹਿੰਦਾ ਜਿੰਨੀ ਤਰੱਕੀ ਹੋਈ ਹੈ ਨਾ ਬਾਬਾ ਨਾਨਕਾਂ ਨੂੰ ਬੰਦ ਕਰ ਦੇ ਸੱਚੇ ਪਾਤਸ਼ਾਹ ਨੂੰ ਬੰਦ ਕਰ ਦੇ ਸੱਚੀ ਗੱਲ ਉੱਥੇ ਸਟਾਪ ਕਰ ਦੇ ਤਰੱਕੀ ਜਿੰਨੀ ਹੋ ਗਈ ਆ ਇਹਨੂੰ ਡਾਈਜੈਸਟ ਕਰੋ ਇਹਨੂੰ ਪਹਿਲਾਂ ਸਾਂਭੋ ਕਿਉਂ ਜਿੰਨੀ ਤਰੱਕੀ ਆ ਆ ਆ ਗਏ ਆ ਡੱਬੀਆਂ ਜਿਹੇ ਦੇ ਮਾਰ ਕੰਨ ਵਿੱਚ ਮਾਰਾ ਰਹਾ ਹੈ ਹਨਾ ਇਹਨਾਂ ਨੇ ਪਰਿਵਾਰ ਤੁਹਾਡੇ ਦੂਰ ਕਰਤੇ ਆ ਇਹ ਡੱਬੀਆਂ ਦੀ ਔਰ ਕੋਈ ਵੀ ਬੱਚਾ ਹੈ ਉਹਦੇ ਕੋ ਵੀ ਬੱਚੇ ਸਕੂਲ ਲੈ ਕੇ ਜਾਂਦੇ ਆ ਨਾ ਇਹ ਇਹ ਤੁਹਾਡਾ ਇਹ ਪਰਿਵਾਰਾਂ ਨੂੰ ਅਲੱਗ ਕਰਨ ਦਾ ਇੱਕ ਜਰੀਆ ਬਣਾਤਾ ਜੀ ਇਹਨੂੰ ਸਾਡੇ ਦੇ ਵੈਸੇ ਹੀ ਇੰਡੀਆ 'ਚ ਇਹ ਗੱਲ ਆ ਵੀ ਇਹੀ ਚੀਜ਼ ਨੂੰ ਯੂਜ਼ ਘੱਟ ਕਰਦੇ ਮਿਸਯੂਜ਼ ਬਹੁਤਾ ਕਰਦੇ ਆ ਨਾ ਸੋ ਇਸ ਕਰਕੇ ਮੈਂ ਕਹਿੰਦਾ ਵੀ ਪਰਿਵਾਰਾਂ ਨਾਲ ਵੀ ਮਿਲ ਕੇ ਰਹੋ ਤੁਸੀਂ ਪਰਿਵਾਰ ਦੇ ਅੱਠ ਜੀ 89 ਮੋਬਾਈਲ ਭੜੇ ਹੈ ਜੀ ਹੈ ਨਾ ਕੋਈ ਬੰਦਾ ਇਦਾਂ ਕਰੇ ਹਾਂ ਪਾਪਾ ਠੀਕ ਹਾਂ ਉਹ ਮੈਂ ਕਹਿੰਦਾ ਜੁਗ ਜਣ ਆਪ ਪਾਪਾ ਜਾਣੇ ਆ ਉਹ ਉਹ ਇੱਕਮ ਆਪਣੇ ਦਾ ਚਮਰ ਨੇ ਆਪਣੇ ਦਾ ਮੈਂ ਆਪਣੇ ਦਾ ਲੱਗਾ ਨਾ ਕੋਈ ਇੱਕ ਹੋਣਾ ਚਾਹੀਦਾ ਵੀ ਉਹ ਜੇ ਪੁਰਾਣਾ ਸਮਾਂ ਆ ਜਾਵੇ ਤੇ ਬਾਗਮਾਲ ਜਿਨ੍ਹਾਂ ਨੇ ਪੁਰਾਣਾ ਸਮਾਂ ਦੇਖਿਆ ਨਾ ਬਿਲਕੁਲ ਤੇ ਉਹ ਨਜ਼ਾਰੇਦਾਰ ਆ ਜੋ ਆਪਾਂ ਦੇਖਿਆ ਇਹ ਸਿਰੋ ਕਹਿ ਰਹੇ ਨਵੀਂ ਪੀੜੀ ਨੂੰ ਈਜ਼ ਕਰਕੇ ਇਹ ਚੀਜ਼ਾਂ ਨਾਲ ਜੋੜਦੇ ਆ ਜਾਂ ਨਿੱਕਾ ਜੈਲਦਾਰ ਫਿਲਮ ਆ ਜਾਂ ਅਰਦਾਸ ਫਿਲਮ ਆ ਹੈ ਨਾ ਜਦ ਮੰਜੇ ਬਿਸਤਰੇ ਆ ਤੇ ਉਹ ਇਥੇ ਕਰਕੇ ਹੀ ਆ ਵੀ ਉਹ ਪੁਰਾਣਾ ਪੰਜਾਬ ਉਹ ਜਿੱਦਾਂ ਸਾਡੇ ਬਜ਼ੁਰਗ ਰਹਿੰਦੇ ਸੀ ਤੁਨ ਚਾਦਰੇ ਝੁੜਤਨ ਤੋਤੀਆਂ ਲਾ ਕੇ ਕੁੜਤੇ ਪਾ ਕੇ ਕਿੜੀਆਂ ਜੀਆਂ ਪੱਗਾਂ ਬੰਨ ਕੇ ਨਾ ਉੱਥੇ ਉਹਦੇ ਵਿੱਚ ठाਠ ਸੀ ਹੈਨਾ ਜੀ ਇਸ ਕਰਕੇ ਮਹਾਰਾਜ ਸੱਚੇ ਪਾਸ਼ਾ ਨੇ ਉਹਨਾਂ ਦੇ ਵੈਸੇ ਤਾਂ ਉਦਾਂ ਔਰ ਕੁਛੀ ਦੀ ਗੱਲ ਇਹ ਹੈ ਕਿ ਬਾਹਰੋਂ ਪਰਿਵਾਰ ਇੱਧਰ ਨੂੰ ਆਉਣਾ ਪੈਂ ਮੈਂ ਚਾਰ ਪੰਜ ਪਰਿਵਾਰ ਦੇ ਕਿ ਮੇਰਾ ਆਪਣਾ ਦੋਸਤ ਆ ਮੈਂ ਨਾ ਨਹੀਂ ਲਿੰਦਾ ਉਹ ਵੀ ਆਪਣਾ ਉਹਨੇ ਆਪਣੀ ਫੈਮਿਲੀ ਮੂਵ ਕਰ ਲਈ ਤੇ ਕਹਿੰਦਾ ਨਹੀਂ ਯਾਰ ਮੈਂ ਇੱਥੇ ਠੀਕ ਐ ਯਾਰ ਹੁਣ ਉਹ ਇੱਕ ਇਹ ਵੱਡੀ ਅਪਲਾਧੀ ਆ ਹੂੰ ਇੱਕ ਅਚੀਵਮੈਂਟ ਆ ਪੰਜਾਬੀ ਫਿਲਮਾਂ ਦੀ ਦੇਣ ਆ ਜੀ ਹੈਨਾ ਅੱਛਾ ਕਲਾਕਾਰ ਮੈਨੂੰ ਲੱਗਦਾ ਫਿਰ ਵੀ ਮੈਮ ਕਿਤੇ ਨਾ ਕਿਤੇ ਬlesed ਹੁੰਦੇ ਨੇਗੇ ਵੀ ਉਹਨਾਂ ਨੂੰ ਫਿਰ ਵੀ ਇਹਨਾਂ ਚੀਜ਼ਾਂ ਨੂੰ ਜਿਉਉਣ ਦਾ ਮੌਕਾ ਮਿਲ ਜਾਂਦਾ ਜਦੋਂ ਬਚਪਨ ਦੀ ਗੱਲ ਕਰੇ ਮੈਂ ਤੁਹਾਡੇ ਬਾਰੇ ਵੀ ਜਾਨਣਾ ਚਾਹਾਂਗੀ ਕਿ ਕਿਹੜੀਆਂ ਯਾਦਾਂ ਨੇ ਜਦੋਂ ਐਦਾ ਕੱਚਿਆਂ ਘਰਾਂ 'ਚ ਜਾ ਕੇ ਜਾਂ ਐਦਾ ਦੇ ਕਿਰਦਾਰ ਨਿਭਾ ਕੇ ਹੈਨਾ ਜ਼ਿਹਨ 'ਚ ਤਾਜ਼ੀਆਂ ਹੁੰਦੀਆਂ ਨੇ ਇਹ ਤੁਹਾਨੂੰ ਲੱਗਦਾ ਕਿ ਹਾਂ ਵੀ ਇਹ ਚੀਜ਼ਾਂ ਤੇ ਅਸੀਂ ਅੱਜ ਵੀ ਭਾਵੇਂ ਕਲਾਕਾਰ ਦੇ ਤੌਰ ਤੇ ਜਿਉਉ ਤਾਂ ਰਹੇ ਹਾਂ ਨਾ ਘਟੋ ਘਟ ਬlesed ਤਾਂ ਹੈਗੇ ਆ ਨਾ ਘਟੋ ਘਟ ਜਦੋਂ ਇਸ 'ਚ ਵੀ ਦੇਖਿਆ ਕੱਚੇ ਘਰ ਨੇ ਕਿੰਨੇ ਜੀ ਜਾਰੀ ਆ ਕਿੰਨੇ ਬੰਦੇ ਖਾਨ ਬੈਠੇ ਹੋਇਆ ਮੈਂ ਤੁਹਾਡੇ ਕੋਲੋਂ ਵੀ ਸੁਣਨਾ ਚਾਹਾਂਗੀ ਤੁਹਾਡੇ ਬਚਪਨ ਦੀਆਂ ਯਾਦਾਂ ਅਸਲ ਦੇ ਵਿੱਚ ਮੇਰੀ ਬੈਕਗ੍ਰਾਉਂਡ ਪਿੰਡ ਤੋਂ ਆ ਤਾਂ ਮੈਨੂੰ ਲੱਗਦਾ ਕਿ ਪਿੰਡ ਭਾਸ਼ਾ ਨੂੰ ਸਿੱਖਣ ਲਈ ਕਲਚਰ ਨੂੰ ਸਿੱਖਣ ਲਈ ਮੁਹਬਤਾਂ ਨੂੰ ਸਿੱਖਣ ਲਈ ਬੌਂਡਿੰਗ ਨੂੰ ਸਿੱਖਣ ਲਈ ਯੂਨੀਵਰਸਿਟੀ ਹੁੰਦੇ ਨੇ ਜੀ ਤੇ ਉਹੀ ਚੀਜ਼ਾਂ ਜਿਹੜੀਆਂ ਨੇ ਉਹ ਸ਼ਾਇਦ ਕੁਦਰਤੀ ਜਿਉਂ-ਜਿਉਂ ਅਸੀਂ ਵੱਡੇ ਹੁੰਦੇ ਗਏ ਸਾਡੇ ਅੰਦਰ ਉਹ ਵੀ ਵੱਡੀਆਂ ਹੁੰਦੀਆਂ ਗਈਆਂ ਤਾਂ ਹੁਣ ਜਦੋਂ ਮਤਲਬ ਲੰਬੜਾ ਲਾਣਾ ਅਸੀਂ ਕਰ ਰਿਹਾ ਸੀਗੇ ਤੇ ਇਮੇ ਨੂੰ ਫਿਰ ਲੱਗਦਾ ਫਿਲਮ ਸਾਰੀ 18 ਕ 20 ਦਿਨ ਦੇ ਵਿੱਚ ਹਾਂਜੀ ਉਹ ਕੰਪਲੀਟ ਹੋ ਗਈ 18 ਦਿਨਾਂ ਚ ਹੋਈ ਆ ਔਰ ਇੰਨਾ ਵਧੀਆ ਮਾਹੌਲ ਸੀਗਾ ਸਾਰੀ ਫਿਲਮ ਦਾ ਸਾਰਾ ਜੂਨਟ ਉਹ ਐਂਜ ਲੱਗਦਾ ਜਿਵੇਂ ਇੱਕ ਪਰਿਵਾਰ ਹੀ ਹੋ ਤੁਸੀਂ ਤੇ ਉਹ 18 20 ਦਿਨ ਤੁਸੀਂ ਉਸ ਜਨਰ ਚ ਰਹਿੰਦੇ ਹੋ ਹਾਂ ਸ਼ਾਇਦ ਮੈਨੂੰ ਲੱਗਾ ਸਾਰੇ ਜਣੇ ਤਾਂ ਹੀ ਇੰਨਾ ਵਧੀਆ ਕੰਮ ਕਰ ਸਕੇ ਕਿ ਉਹ ਫਿਲਮ ਨੂੰ ਕਰਦਿਆਂ ਕਰਦਿਆਂ ਉਸ ਕੈਰੈਕਟਰ ਨੂੰ ਜੀਉਣਾ ਸ਼ੁਰੂ ਕਰ ਦਿੱਤਾ ਸਭ ਨੇ ਉਸ ਮਾਹੌਲ ਨੂੰ ਜੀਉਣਾ ਸ਼ੁਰੂ ਕਰ ਦਿੱਤਾ ਔਰ ਇਹ ਚੀਜ਼ਾਂ ਡਿਪੈਂਡ ਕਰਦੀ ਹੁੰਦੀਆਂ ਤੁਹਾਡਾ ਪ੍ਰੋਡਿਊਸਰ ਕਿੰਨਾ ਅੱਛਾ ਤੁਹਾਡਾ ਡਾਇਰੈਕਟਰ ਕਿੰਨਾ ਅੱਛਾ ਤੁਹਾਡੀ ਟੀਮ ਕਿੰਨੀ ਅੱਚੀ ਤੁਹਾਡੇ ਕੋ-ਸਟਾਰ ਜਿਹੜੇ ਉਹ ਕਿੰਨੇ ਕੁ ਜ਼ਿਆਦਾ ਕੋਆਪਰੇਟਿਵ ਨੇ ਸੋ ਮੈਨੂੰ ਉਹ ਓਨੇ ਕ ਦਿਨ ਸਾਂਝੀ ਲੱਗਾ ਕਿ ਜਿਵੇਂ ਮੈਂ ਬਚਪਨ ਚ ਵਾਪਸ ਚੱਲ ਗਈ ਮੈਂ ਉਹੀ ਪਿੰਡ ਵੇਖ ਰਹੀ ਉਹੀ ਲੋਕ ਵੇਖ ਰਹੀ ਉਹੀ ਪਿਆਰ ਵੇਖ ਰਹੀ ਆ ਉਹੀ ਸਨੇਹ ਵੇਖ ਰਹੀ ਆ ਔਰ ਬਹੁਤ ਆਨੰਦ ਆਇਆ ਉਹ ਜਿਹੜਾ 18 ਦਿਨ ਦੀ ਜਰਨੀ ਆ ਨਾ ਇਸ ਫਿਲਮ ਦੇ ਸ਼ੂਟ ਨੂੰ ਲੈ ਕੇ ਉਹ ਬਹੁਤ ਜ਼ਿਆਦਾ ਯਾਦਾਂ ਵਾਲੀਆਂ ਚੀਜ਼ਾਂ ਨੇ ਇੱਕ ਪਰਿਵਾਰ ਵਾਂਗੂ ਇੰਨੀਆਂ ਬਿਹਾਈਂਡ ਦਾ ਸੀਨ ਕਿੰਨੀਆਂ ਸ਼ਰਾਰਤਾਂ ਸਾਰਿਆਂ ਨੇ ਇੱਕ ਦੂਸਰੇ ਦੇ ਨਾਲ ਕਰਨੀਆਂ ਕੋਈ ਕਿਸੇ ਦਾ ਗੁੱਸਾ ਨਹੀਂ ਸੀ ਕਰਦਾ ਔਰ ਡਿਊਰਿੰਗ ਦਾ ਸ਼ੂਟ ਤੇ ਅੰਜ ਲੱਗਦਾ ਨਹੀਂ ਸੀ ਅਸੀਂ ਅਸੀਂ ਸ਼ੂਟ ਕਰ ਰਹੇ ਹਾਂ ਜਿ ਲੱਗਦਾ ਸੀ ਅਸੀਂ ਲਾਈਵ ਮੂਵਮੈਂਟਸ ਨੂੰ ਜਿਉ ਰਹੇ ਹਾਂ ਉਹ ਕਿਤੇ ਪਰੇ ਕੈਮਰੇ ਲੱਗੇ ਨੇ 4-5 ਉਹ ਸਾਨੂੰ ਸ਼ੂਟ ਕਰੀ ਜਾ ਰਹੇ ਨੇ ਰਾਈਟ ਤੇ ਮੈਨੂੰ ਲੱਗਦਾ ਕਿ ਜਿੰਨਾ ਜ਼ਿਆਦਾ ਉਹਨਾਂ ਸੀਨਾਂ ਨੂੰ ਕਰਦਿਆਂ ਸਾਨੂੰ ਮਜ਼ਾ ਆਇਆ ਜਿੰਨਾ ਸਾਨੂੰ ਕੰਫਰਟੇਬਲ ਲੈਵਲ ਦੇ ਉੱਤੇ ਸਾਡੀ ਟੀਮ ਨੇ ਰੱਖਿਆ ਤੇ ਇਹ ਬਹੁਤ ਬlesed ਦਿਨ ਸੀਗੇ ਅਸੀਂ ਬਹੁਤ ਇੰਜੋਏ ਕੀਤਾ ਤਸਵੀਰਾਂ ਵਿੱਚ ਹੁਣ ਤੁਸੀਂ ਵੀ ਬਹੁਤ ਇੰਜੋਏ ਕਰੋ ਅੱਛਾ ਮੈਨੂੰ ਇੱਕ ਗੱਲ ਦੱਸੋ ਮੈਂ ਤੁਹਾਨੂੰ ਦੇਖਿਆ ਬਹੁਤ ਹੀ ਪਿਆਰੇ ਹੋ ਔਰ ਬLESSED ਹੁੰਦੇ ਨੇ ਲੋਕ ਜਿੱਥੇ ਪੜੀਆਂ ਲਿਖੀਆਂ ਔਰਤਾਂ ਵੱਸਦੀਆਂ ਨੇ ਹੈਨਾ ਪੜੇ ਲਿਖਿਓ ਥੀਏਟਰ ਕਰਦੇ ਹੋ ਅੱਛੇ ਕਲਾਕਾਰ ਹੋ ਸੋਹਣੇ ਸੋਹਣੇ ਕਿਰਦਾਰ ਨਿਭਾਉਂਦੇ ਹੋ ਜਦੋਂ ਇਹੋ ਜੇ ਟਿਪੀਕਲ ਸੱਸਾਂ ਵਾਲੇ ਕਿਰਦਾਰ ਕਰਦੇ ਹੋ ਮੈਮ ਕਿਹਨਾਂ ਨੂੰ ਯਾਦ ਕਰਦੇ ਹੋ ਤੁਸੀਂ ਔਰ ਖੁਦ ਕਰਕੇ ਕੀ ਮਹਿਸੂਸ ਕਰਦੇ ਹੋ ਇਹ ਹੱਡ ਬੀਤੀ ਹੈ ਕਿਤੇ ਦੂਰ ਦੂਰ ਤੱਕ ਮੈਂ ਐਕਚੁਅਲੀ ਇੰਜ ਹੁੰਦਾ ਨਾ ਕਿ ਮੈਂ ਕਿਉਂਕਿ ਪਿੰਡ 'ਚ ਰਹੀ ਆ ਮੈਂ ਪਿੰਡ 'ਚ ਜੰਮੀ ਪਿੰਡ ਦੇ ਵਿੱਚ ਵਿਆਹੀ ਗਈ ਹੈ ਨਾ ਤੇ ਦੋ ਪਰਿਵਾਰ ਹੈ ਨਾ ਜਿਵੇਂ ਮੇਰੀ ਬ੍ਰਾਹਮਣ ਫੈਮਲੀ ਮੇਰੇ ਹਸਬੰਡ ਉਹ ਜੱਟ ਫੈਮਲੀ ਤੇ ਦੋ ਪਰਿਵਾਰਾਂ ਦਾ ਸੰਗਮ ਉਧਰ ਦੇ ਮਤਲਬ ਜੱਟਾਂ ਦੇ ਵਿੱਚ ਜਿਹੜਾ ਉਹ ਕਲਚਰ ਮੈਂ ਉਹ ਵੀ ਅਡਾਪਟ ਕੀਤਾ ਉਹ ਰਿਸ਼ਤੇ ਉਹ ਔਰਤਾਂ ਉਹ ਆਦਮੀ ਉਹਨਾਂ ਚ ਬੜਾ ਕੁਝ ਟਿਪੀਕਲ ਜਿਹੜੀਆਂ ਉਹ ਚੀਜ਼ਾਂ ਮੈਂ ਉਹ ਦੇਖਿਆ ਕਿ ਉਹ ਔਰਤੋ ਕਿਵੇਂ ਗੱਲ ਕਰਦੀ ਆ ਉਹ ਕਿਵੇਂ ਤੁਰਦੀ ਆ ਉਹਦੀ ਬਾਡੀ ਲੈਂਗੁਏਜ ਕਿਵੇਂ ਆ ਤੋਂ ਬੜਾ ਕੁਝ ਮੈਨੂੰ ਉੱਥੋਂ ਆਇਆ ਮੇਰੇ ਪੇਕਿਆਂ ਤੋਂ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਈਆਂ ਔਰ ਬਹੁਤ ਕੁਝ ਜਿਹੜਾ ਥੀਏਟਰ ਦੇ ਅਸੀਂ ਪਲੇ ਕੀਤੇ ਸੋ ਅੱਜ ਸਵੇਰੇ ਵੀ ਗੱਲ ਹੋ ਰਹੀ ਸੀਗੀ ਕਿ ਜਿਹੜਾ ਡਾਇਲੌਗ ਬੜਾ ਵਾਇਰਲ ਹੋਇਆ ਹੀ 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 ਵਾਲਾ ਸੋ ਮਤਲਬ ਉਹ ਕਿਸੇ ਥੀਏਟਰ ਦੇ ਨਾਟਕ ਦੇ ਵਿੱਚ ਮੈਂ ਉਹ ਕੀਤਾ ਸੀ ਔਰ ਕੋਈ ਉਹਦੀ ਸਪੈਸ਼ਲ ਤਿਆਰੀ ਨਹੀਂ ਜਿਵੇਂ ਕਿ ਮੈਂ ਦੱਸਿਆ ਨਾ ਕਿ ਬੜਾ ਨੈਚੁਰਲ ਮਾਹੌਲ ਸੀ ਜਦੋਂ ਮੈਂ ਉਹ ਡਾਇਲੌਗ ਬੋਲਿਆ ਮੈਨੂੰ ਐਨ ਬੋਲਣ ਤੋਂ 2 ਸਕਿੰਟ ਪਹਿਲਾਂ ਵੀ ਨਹੀਂ ਸੀ ਪਤਾ ਕਿ ਮੈਂ ਕੀ ਵਿੱਚ ਐਡ ਕਰਨਾ ਹੈ ਉਹ ਫਲੋ ਦੇ ਵਿੱਚ ਜਦੋਂ ਮੈਂ ਬੋਲਿਆ ਉਹ ਆਪਣੇ ਆਪ ਹੀ 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 ਮੇਰੇ ਮੂੰਹ ਨਿਕਲ ਗਿਆ ਹੈ ਨਾ ਔਰ ਉਹ ਸਾਰੇ ਜਣੇ ਬਹੁਤ ਹੱਸੇ ਔਰ ਜਦੋਂ ਡਾਇਰੈਕਟਰ ਦੇ ਚਿਹਰੇ ਤੇ ਇੱਕ ਅਲੱਗ ਤਰ੍ਹਾਂ ਦੀ ਸਮਾਈ ਲਾਉਂਦੀ ਨਾ ਤਾਂ ਤੁਹਾਨੂੰ ਲੱਗਦਾ ਕਿ ਤੁਸੀਂ ਸਫਲ ਹੋ ਸਫਲ ਹੋ ਇੱਕ ਗੱਲ ਮੈਂ ਜ਼ਰੂਰ ਪੁੱਛਣੀ ਤੁਹਾਡੇ ਡਾਇਲੌਗਸ ਬਹੁਤ ਜ਼ਿਆਦਾ ਵਾਇਰਲ ਹੁੰਦੇ ਨੇ ਪਰ ਤੁਸੀਂ ਜਿਹੜੀਆਂ ਵੀਡੀਓਜ਼ ਜਾਂ ਰੀਲਸ ਬਣਾਉਂਦੇ ਹੋ ਤੁਸੀਂ ਕੋਸ਼ਿਸ਼ ਕਰਦੇ ਮੈਂ ਦੇਖਿਆ ਕਿ ਉਹ ਕੁਝ ਨਾ ਕੁਝ ਡਾਇਲੌਗਸ ਹੀ ਹੁੰਦੇ ਨੇ ਅਮਨ ਤੁਹਾਡੀ ਆ ਸਿਲੈਕਸ਼ਨ ਕਿਸ ਤਰੀਕੇ ਨਾਲ ਹੁੰਦੀ ਹੈ ਕਈ ਵਾਰ ਮੈਨੂੰ ਲੱਗਦਾ ਤੁਸੀਂ ਕਿਸੇ ਨੂੰ ਗੱਲ ਕਹਿ ਰਹੇ ਹੋ ਕਈ ਵਾਰ ਮੈਨੂੰ ਲੱਗਦਾ ਤੁਸੀਂ ਆਪ ਦੇ ਦਿਲ ਦੀ ਗੱਲ ਕਹਿ ਰਹੇ ਹੋ ਅਸਲ ਜੀ ਹੁੰਦਾ ਨਾ ਕਿ ਜਿਹੜੀਆਂ ਚੀਜ਼ਾਂ ਮੈਨੂੰ ਮੈਂ ਦੇਖਦੀਆਂ ਰੀਲਾਂ ਮੈਨੂੰ ਅᱪੀਆਂ ਲੱਗਦੀਆਂ ਉਹ ਮੈਨੂੰ ਲੱਗਦਾ ਕਿ ਇਹਦੇ ਵਿੱਚ ਕੁਝ ਹੈਗਾ ਹੈ ਕਿ ਜਿਹੜਾ ਪੰਜਾਬੀਆਂ ਨੂੰ ਅੱਛਾ ਲੱਗੂਗਾ ਬਸ ਉਹ ਹੀ ਮੈਂ ਸ਼ੇਅਰ ਕਰ ਲੈਂਦੀ ਆ ਅੱਛੀਆਂ ਪਸੰਦ ਕੀਤੀਆਂ ਜਾਂਦੀ ਹੈ ਹੈਨਾ ਜੀ ਅੱਛਾ ਭਾਜੀ ਤੁਸੀਂ ਕਹਿ ਰਹੇ ਸੀ ਟੋਂਗੀ ਬਾਬੇ ਦੀ ਗੱਲ ਕਰ ਰਹੇ ਸੀ ਹੈਨਾ ਮਤਲਬ ਇਹ ਕੋਈ ਉਹੋ ਜੀ ਗੱਲ ਨਹੀਂ ਆ ਪਰ ਇਹ ਗੱਲ ਅਸੀਂ ਸਾਰੇ ਜਾਣਦੇ ਆ ਕਿ ਉੰਗੀ ਬਾਬੇ ਜਿਹੜੇ ਐਕਚੁਅਲ ਦੇ ਵਿੱਚ ਇੱਕ ਪ੍ਰੋਫੈਸ਼ਨਲਿਜ਼ਮ ਹੀ ਬਣਾ ਚੁੱਕਿਆ ਉਹਨਾਂ ਕਰਕੇ ਸਾਡੇ ਲੋਕਾਂ ਦਾ ਵੀ ਕਿਤੇ ਨਾ ਕਿਤੇ ਸੈਂਟੀਮੈਂਟ ਹਰਟ ਹੁੰਦਾ ਹੈ ਤੁਹਾਨੂੰ ਨਹੀਂ ਟਕਰੇ ਕਦੀ ਇਦਾਂ ਦੇ ਜਲੰਦਰ ਤੇ ਬਹੁਤ ਹੁੰਦੇ ਨੇ ਲੈ ਜਿਹੜੀ ਟੱਕਰ ਦੇ ਕੀ ਗੱਲ ਕਰਵੇਂ ਜਾਨ ਆਰ ਆਦੀ ਇਹ ਬੱਚਾ ਉਹਨੂੰ ਮੰਨਾਂਗੇ ਬਾਬਿਆਂ ਨੂੰ ਹਾਂਜੀ ਪਰ ਮੈਂ ਕਹਿੰਦਾ ਮੈਂ ਪੱਗ ਮੰਨਦਾ ਮੈਂ ਗੱਲ ਕਰਦਾ ਹਾਂ ਕਿਉਂ ਕਹਿੰਦਾ ਕੀ ਗੱਲ ਟੈਨਸ਼ਨਾਂ ਦੂਰ ਕਰ ਲੀਓ ਮੈਰੀ ਪੱਗ ਨੇ ਸੈਟ ਆਪੀ ਹੈ ਦੂਜੀ ਵਾਲੀ ਪੱਗ ਦਾ ਨਾਣੀ ਤੇ ਰਹਿ ਗਿਆ ਤੀਜੀ ਵਾਲੀ ਜਿਹਨੇ ਆ ਉਹ ਤੋਂ ਬਾਬਾ ਆ ਗਿਆ ਕਹਿੰਦਾ ਕੀ ਗੱਲ ਪਰੇਸ਼ਾਨੀਆਂ ਦੂਰ ਕਰ ਦੇਈਏ ਟੈਨਸ਼ਨਾਂ ਚੱਕ ਲਈਏ ਪਰ ਮੰਨਣਾ ਹੈਗਾ ਬਾਬਿਆ ਨੂੰ ਮੈਂ ਪੱਗ ਲਾ ਕੇ ਕੁਰਸੀ ਤੇ ਰੱਖਤੀ ਮੈਂ ਬਣਾ ਕੇ ਜਿੰਦਗੀ ਨਹੀਂ ਆ ਰਹੀ ਮੈਂ ਉਹਦੀ ਕੋਲ ਜੀ ਗਿਆ ਮੈਂ ਕੀ ਗੱਲ ਤਰਾ ਦਿਮਾਗ ਦਾ ਨਾ ਹੋ ਗਿਆ ਪਾਗਲਖਾਨੇ ਆ ਗਏ ਕਹਿੰਦਾ ਕੀ ਗੱਲ ਮੈਂ ਕਹਿੰਦਾ ਸਟਾਫ ਮੈਂਬਰ ਤੇ ਘਰੇ ਆ ਗਿਆ ਕਹਿੰਦਾ ਕੀ ਗੱਲ ਤੁਸੀਂ ਅੱਜ ਗਏ ਨਹੀਂ ਮੈਂ ਕਹਿੰਦਾ ਸਾਡਾ ਢੋਲੂ ਲੀਕ ਕਰਦਾ ਤਾਂ ਤਾਂ ਨਹੀਂ ਗਏ ਸੋ ਮੇਨੇ ਸੱਚ ਗੱਲ ਹੋਈ ਹੈ ਸੋ ਹੌਜਾ ਬਾਕੀ ਜਿਹੜੀ ਬਾਬੇ ਡਕਾ ਜਿੰਦੇ ਸੋਣੋ ਹੈ ਮੈਂ ਤਾਂ ਕੁ ਗੁੱਗੀ ਭਾਈ ਨੇ ਚਲੋ ਮੈਂ ਉਹਨਾਂ ਦਾ ਉਹ ਮੇਰੇ ਵੱਡੇ ਭਾਜੀ ਵੀ ਆ ਮੇਰੇ ਗੌਡਫਾਦਰ ਵੀ ਆ ਮੇਰਾ ਪਿਓ ਵੀ ਆ ਹਨਾ ਗੁਰੂ ਜੀ ਵੀ ਆ ਹਨਾ ਤੇ ਉਹਨਾਂ ਨੇ ਬੜਾ ਕੁਝ ਜੱਜ ਮੈਂ ਕਿਸੇ ਬੈਠਾ ਨਾ ਕਿਸੇ ਥਾਂ ਤੇ ਤੇ ਉਹਨਾਂ ਦੀ ਬਦੌਲਤ ਉਹਨਾਂ ਨੇ ਇਕੱਲਾ ਮੈਨੂੰ ਕਲਾਕਾਰੀ ਦੇ ਖੇਤਰ ਜਿਹਨੇ ਅੱਗੇ ਜਾਣ ਦਿੱਤਾ ਉਹਨਾਂ ਨੇ ਹੋਰ ਬੜੇ ਜਿਹੜੇ ਖੇਤਰ ਨੇ ਜਿਹੜੇ ਸਮਾਜ ਵਿੱਚ ਆਪਾਂ ਵਿਚਰਨੇ ਕਿੱਦਾਂ ਆ ਸਮਾਜ ਨਾਲ ਕਿੱਦਾਂ ਸਮਾਜ ਨੂੰ ਟੈਕਲ ਕਿੱਦਾਂ ਕਰਨਾ ਸਮਾਜ ਨਾਲ ਗੱਲਾਂ ਕਿੱਦਾਂ ਕਰਨਾ ਕਿੱਦਾਂ ਇਹਨਾਂ ਦੇ ਵਿੱਚ ਲੰਘ ਕੇ ਜਾਣਾ ਨਾ ਉਹ ਚੀਜ਼ਾਂ ਸਾਰੀਆਂ ਭਾਜੀ ਨੇ ਵੀ ਜਿਹੜਾ ਕੀ ਕੀ ਸੱਚ ਆ ਕੀ ਕੂੜਾ ਉਹਨਾਂ ਨੂੰ ਦੱਸਿਆ ਹੈ ਜੀ ਤੇ ਇਸ ਕਰਕੇ ਮਾਬੇ ਨੂੰ ਆਪਾਂ ਜਿਹੜੀ ਚਾਲੀ ਮਾਬੇ ਉਹਨਾਂ ਨੇ ਤਾਂ ਪਰਵਾਹ ਨਹੀਂ ਕੀਤੀ ਜੀ ਹੈਨਾ ਬਿਲਕੁਲ ਅਖੀਰਲਾ ਜਾਂਦ ਜਾਂਦੇ ਇੱਕ ਸਵਾ ਜ਼ਰੂਰ ਮੈਨੂੰ ਇਹ ਲੱਗਦਾ ਹੈ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਜੇਕਰ ਅਸੀਂ ਆਪਣੇ ਮੁਕਾਮ ਤੇ ਖੜੇ ਹੋਏ ਆਂ ਬਰਕਰਾਰ ਆਂ ਕੰਮ ਕਰ ਰਹੇ ਆਂ ਤੇ ਹਮਸਫਰ ਦਾ ਬਹੁਤ ਵੱਡਾ ਯੋਗਦਾਨ ਆ ਹੈਨਾ ਸੋ ਮੈਂ ਦੋਨਾਂ ਕੋਲ ਜਾਣਾ ਚਾਹਾਂਗੇ ਮੈਂ ਹਰਦੀਪਾ ਜੀ ਨੂੰ ਮਿਸ ਕਰ ਰਿਹਾ ਕਿਤੇ ਨਾ ਕਿਤੇ ਤੇ ਉਹ ਜਿਹੜਾ ਸਿਰ ਤੇ ਮੇਰੇ ਹੱਥ ਰੱਖਦੇ ਉਹ ਵੀ ਮਿਸਿੰਗ ਹੈ ਮੇਰੇ ਵੱਲੋਂ ਉਹਨਾਂ ਨੂੰ ਬਰਥਡੇ ਦੀ ਮੁਬਾਰਕਬਾਦ ਜ਼ਰੂਰ ਦੇ ਦੇ ਮੇਰੇ ਵਾਲੇ ਬੁਕੇ ਦਾ ਟੈਲੀਫੋਨ ਵੀ ਆਇਆ ਮੈਂ ਉਹਨੂੰ ਦੱਸ ਦਤਾ ਮੈਂ ਘੰਟੇ ਕੋ ਆ ਦੇ ਨਾ ਤੇ ਮ WhatsApp ਤੇ ਮੈਂ ਤੁਹਾਨੂੰ ਦਿਖਾ ਦੇਣਾ ਅੱਛਾ ਮੈਂ ਤੁਹਾਨੂੰ ਦੱਸਿਆ ਵੀ ਇੰਟਰਵਿਊ ਚੱਲ ਰਹੀ ਹੈ ਉਹ ਕਿਹਾ ਮੈਂ ਤੇਰਾ ਫੋਨ ਚੈੱਕ ਨਹੀਂ ਸਕਦਾ ਆ ਦੇ ਲਓ ਤੇ ਮੈਨੂੰ ਮਾਫ਼ ਕਰੀ ਮੈਂ ਵਾਪਸ ਘਰ ਆਉਣਾ ਰੋਟੀ ਬਣਾ ਕੇ ਰੱਖੀ ਨਹੀਂ ਨਹੀਂ ਪਰ ਵਕਈ ਇਹਨਾਂ ਦਾ ਵੀ ਬੰਦਾ ਮੇਰਾ ਯੋਗਦਾਨ ਆ ਔਰ ਮੈਂ ਜਿਹੜੀ ਕਹਿਣਾ ਹੁੰਦਾ ਵੀ ਇੱਕ ਬੰਦੇ ਪਿੱਛੇ ਨਾ ਸਫਲਤਾ ਪਿੱਛੇ ਇੱਕ ਔਰਦਾਤ ਹੁੰਦਾ ਪਰ ਮੇਰੇ ਮੇਰੀ ਸਕਸੈਸ ਪਿੱਛੇ ਦੋ ਔਰਤਾਂ ਦਾ ਹੱਥ ਹੈ ਮੇਰੀ ਮਾਂ ਦਾ ਆਸ਼ੀਰਵਾਦ ਤੇ ਮੇਰੇ ਬੁੱਗੇ ਦਾ ਮਤਲਬ ਸਿਮਰਨ ਸੰਗਾ ਦਾ ਉਹਦਾ ਹੌਸਲਾ ਮੈਂ ਕਹਿੰਦਾ ਸੱਚੇ ਬਾਜਾ ਜੇ ਨਾ ਪਰਿਵਾਰ ਵਧੀਆ ਮਿਲ ਜਾ ਤੇ ਦਿਨ ਤੀਆਂ ਵਾਂਗੂ ਲੰਘਦੇ ਆ ਤਾਂ ਜੇ ਕੋਈ ਉਹਦਾ ਮੈਨੂੰ ਫਿਰ ਤੁਹਾਨੂੰ ਤੁਹਾਨੂੰ ਨਹੀਂ ਮੈਂ ਮੈਂ ਤੁਹਾਡੇ ਕੋਲ ਦੋ ਲੇ ਨਾ ਜਾਣਨਾ ਚਾਹਾਂਗੀ ਜੀ ਹਮਸਫਰ ਨੂੰ ਲੈ ਕੇ ਅਹਿਸਾਸ ਕੀ ਰੱਖਦੇ ਹੋ ਮੈਮ ਮੈਨੂੰ ਲੱਗਦਾ ਕਿ ਜੇ ਹਰਦੀਪ ਮੇਰੀ ਜ਼ਿੰਦਗੀ ਚ ਨਾ ਆਉਂਦੇ ਤੇ ਮੈਂ ਸ਼ਾਇਦ ਐਕਟਰਸ ਨਾ ਹੁੰਦੀ ਕੀ ਬਾਤ ਹੈ ਉਹਨਾਂ ਨੇ ਅਨਕਰਜ ਕੀਤਾ ਹਮੇਸ਼ਾ ਔਰ ਅਸੀਂ ਇੱਕ ਦੂਸਰੇ ਦੇ ਕੰਮ ਨੂੰ ਲੈ ਕੇ ਆਲੋਚਨਾ ਵੀ ਕਰਦੇ ਆ ਇੱਕ ਦੂਸਰੇ ਨੂੰ ਸੋਧਦੇ ਆ ਛਾਂਟਦੇ ਆ ਹੋਰ ਜ਼ਿਆਦਾ ਸੋਨਾ ਬਣਾਉਣ ਦੇ ਲਈ ਇੱਕ ਦੂਸਰੇ ਨੂੰ ਸਲਾਮਾ ਦਿੰਦੇ ਆ ਬਿਲਕੁਲ ਤੇ ਪੇਸ਼ੈਂਸ ਦੋਵੇਂ ਜਾਣੇ ਰੱਖਦੇ ਆ ਬਿਲਕੁਲ ਤੁਸੀਂ ਵਸ ਗੱਡੀ ਚੱਲ ਰਹੀ ਹੈ ਵਾਹਿਗੁਰੂ ਹੱਸਦਾ ਵਸਦਾ ਰੱਖੇ ਬਾਕੀ ਮੈਮ ਹਸ਼ਰ ਤੋ ਸ਼ੁਰੂ ਕਰੀਏ ਤੇ ਕਲੀ ਜੋਟਾ ਤੱਕ ਮੈਂ ਕਹਾਂਗੀ ਰੀਅਲੀ ਅਪਰੀਸ਼ੀਏਟ ਰੀਅਲੀ ਔਰ ਮੈਂ ਅਰਦਾਸ ਕਰਾਂਗੀ ਕਿ ਜੇ ਸਾਡੇ ਕੋਲ ਇੰਨੇ ਧਾਕੜ ਕਲਾਕਾਰ ਨੇ ਪਿਆਰੀ ਦਾਦੀ ਇੱਕ ਤੁਹਾਡੀ ਫਿਲਮ ਆ ਰਹੀ ਹੈ ਉਹ ਵੀ ਇੱਕ ਸੰਜੀਦਗੀ ਨਾਲ ਭਰਿਆ ਕਨਸੈਪਟ ਹੋਵੇਗਾ ਪਰ ਮੈਂ ਚਾਹਾਂਗੀ ਕਿ ਤੁਸੀਂ ਪਲੀਜ਼ ਇਸ ਤਰੀਕੇ ਨਾਲ ਵੀ ਸਿਨੇਮਾ ਤੁਹਾਨੂੰ ਅਪਰੋਚ ਕਰੇ ਐਂਡ ਤੁਸੀਂ ਇਹੋ ਜਿਹਾ ਕੰਮ ਸਾਡੇ ਸਿਰੇ ਮੈਨੂੰ ਦਿਓ ਆਪਦਾ ਕੰਟਰੀਬਿਊਸ਼ਨ ਪਾ ਕੇ ਸੋ ਥੈਂਕ ਯੂ ਸੋ ਮਾਚ ਥੈਂਕ ਯੂ ਪਰ ਇਹ ਇਦਾਂ ਹੀ ਆ ਸੰਦੇਵ ਸੰਦੇ ਠੀਕ ਹੈ ਥੈਂਕ ਯੂ ਸੇ ਬਹੁਤ ਪਿਆਰ ਸਤਕਾਰ ਇਸ ਫਿਲਮ ਲਈ ਤੁਹਾਨੂੰ ਬਹੁਤ ਬਹੁਤ ਧੰਵਾ। ਥੈਂਕ ਯੂ ਧੰਨਵਾਦ। ਤੇ ਤੁਹਾਡਾ ਵੀ ਬਹੁਤ ਸ਼ੁਕਰੀਆ। ਬਾਕੀ ਹਮ ਹਮ ਅੱਗੇ ਪਹੁੰਚਣਾ ਸਿਨੇਮਾ ਘਰਾਂ ਦੇ ਵਿੱਚ ਵੇਖਣ ਫਿਲਮ। ਲੰਬੜਾ ਲਾਣਾ 26 ਜਨਵਰੀ ਨੂੰ ਤੁਸੀਂ ਸਿਨੇਮੇ ਘਰਾਂ 'ਚ ਜਾਣਾ ਏ। ਆਏ ਹਾਏ ਮੈਂ ਜਾਣਦੀ ਉਸ ਤੋਂ ਪਹਿਲਾਂ ਇਹ ਇੰਟਰਵਿਊ ਇਨਕੰਪਲੀਟ ਲੱਗੀ ਮੈਨੂੰ ਨਸੀਬੋ ਲਾਲ ਮੈਮ ਦਾ ਗਾਣਾ ਹੈ ਤੁਹਾਡੀ ਇਸ ਫਿਲਮ ਦੇ ਵਿੱਚ ਬਹੁਤ ਅਰਸਿਆਂ ਬਾਅਦ ਪੰਜਾਬੀ ਐਨਫੀ ਪਲੀਜ਼ ਮੈਨੂੰ ਥੋੜਾ ਜਿਹਾ ਉਹਨਾਂ ਬਾਰੇ ਉਹਨਾਂ ਦਾ ਜ਼ਿਕਰ ਨਾ ਹੋਵੇ ਮੈਨੂੰ ਲੱਗਦਾ ਕਿ ਇਹ ਅੱਛਾ ਨਹੀਂ ਹੈ ਮੈਨੂੰ ਲੱਗਦਾ ਪੰਜਾਬੀ ਸਿਨੇਮੇ ਦੇ ਵਿੱਚ ਸਾਡੇ ਵਾਲੀਆਂ ਫਿਲਮਾਂ ਚ ਸ਼ਾਇਦ ਪਹਿਲੀ ਵਾਰ ਹੀ ਆ ਗਾਣਾ ਰਾਈਟ ਉਹ ਆ ਰਿਹਾ ਹਾਂਜੀ ਹਾਂਜੀ ਸੇ ਹੋਰ ਜ਼ਿਆਦਾ ਅਮੀਰ ਮਹਿਸੂਸ ਕਰ ਰਿਹਾ ਹਾਂ ਇਹ ਬਹੁਤ ਸ਼ੁਕਰੀਆ ਨਸੀਬੋ ਜੀ ਦਾ ਇਸ ਇਸ ਰੂਪ ਚ ਪੰਜਾਬੀ ਸਿਨੇਮੇ ਦਾ ਹਿੱਸਾ ਬਣੇ ਨੇ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਉਹ ਹਮੇਸ਼ਾ ਇਸੇ ਤਰ੍ਹਾਂ ਆਪਣੀਆਂ ਮੁਹੱਬਤਾਂ ਜਿਹੜੀਆਂ ਨੇ ਉਹ ਸਾਡੇ ਨਾਲ ਸ਼ੇਅਰ ਕਰਦੇ ਰਹਿਣ ਇਸੇ ਤਰ੍ਹਾਂ ਆਸ਼ੀਰਵਾਦ ਦਿੰਦੇ ਰਹਿਣ ਔਰ ਇਸ ਫਿਲਮ ਦਾ ਸੰਗੀਤ ਜਿਹੜਾ ਉਹਨਾਂ ਦੇ ਗਾਣੇ ਦੇ ਨਾਲ ਹੋਰ ਵੀ ਜ਼ਿਆਦਾ ਅਮੀਰ ਹੋ ਗਿਆ ਸੋਹਣਾ ਹੋ ਗਿਆ ਥੈਂਕ ਯੂ ਮੈਮ ਥੈਂਕ ਯੂ ਵੈਰੀ ਥੈਂਕ ਯੂ ਹੁਣ ਤੁਹਾਡਾ ਥੈਂਕ ਯੂ ਹੈ ਸੋ ਤੁਸੀਂ ਹਮੇ ਹਮਾ ਕੇ ਸਿਨੇਮਾ ਘਰਾਂ ਦੇ ਵਿੱਚ ਪਹੁੰਚਣਾ ਹੈ ਅੱਛੀ ਕਲਾ ਤੇ ਕਲਾਕਾਰਾਂ ਨੂੰ ਹਮੇਸ਼ਾ ਆਪਣੇ ਪਿਆਰ ਦੇ ਨਾਲ ਵਧਾਵਾ ਦਿਆ ਕਰੋ ਬਾਕੀ ਹੁਣ ਤੱਕ ਦੇ ਲਈ ਇੰਨਾ ਹੀ ਆਪਣਾ ਤੇ ਆਪਣੇ ਤਾਂ ਰੱਖੋ ਕਿਹਾ ਸਟੇ ਪੋਜ਼ਿਟਿਵ ਦਿਓ ਇਜਾਜ਼ਤ ਸਚਰੇ ਕਾਂ